ਕਹਿੰਦੇ ਵੀ ਮੈਂ ਤਾਂ ਫੀਤਾ ਲੈ ਕੇ ਮਿਣ ਕੇ ਆਇਆ ਬਿਲਡਿੰਗ, ਅਤੇ ਜਿਹੜਾ ਵੱਧ ਕੰਮ ਚੱਲ ਰਿਹਾ ਸੀ ਉਹ ਮੈਂ ਕਹਿੰਦੇ ਰੁਕਾ ਦਿੱਤਾ। ਇੱਥੇ ਸਮਝ ਨਹੀਂ ਲੱਗ ਰਹੀ ਵੀ ਹੁਣ ਜੋ ਮੌਕੇ ਦੀ ਗੱਲ ਹੈ ਹੋਰ ਕੁਛ, ਅਤੇ ਬਿਕਰਮਜੀਤ ਸਿੰਘ ਜੀ ਝੂਠ ਕਿਉਂ ਬੋਲੇ ਮੇਰੀ ਸਮਝ। ਕਹਿੰਦੇ ਵੀ ਜਿੰਨੇ ਠੇਕੇਦਾਰ ਸੀ ਜੀ ਉਹਦੇ ਚੜ੍ਹ ਕੇ ਵੱਡੀਆਂ ਵੱਡੀਆਂ ਗੱਡੀਆਂ ਗਏ, ਇਹ ਵਿਚਾਰਾ ਮਾਨਦਾਰ ਠੇਕੇਦਾਰ ਸਕੂਟਰੀ 'ਤੇ ਰਹਿ ਗਿਆ। ਕਮਿਸ਼ਨਰ ਕੋਲ ਜੇ ਕੋਈ ਕੰਪਲੇਂਟ ਜਾਂਦੀ ਹੈ ਤਾਂ ਉਹ ਇਹ ਕਹਿ ਦੇਣ ਕਿ ਮੇਰਾ ਦਫ਼ਤਰੀ ਕੰਮ ਹੈ, ਥੱਲੇ ਇੰਪਲੀਮੈਂਟੇਸ਼ਨ ਤਾਂ ਥੱਲੇ ਕਰਨੀ ਹੈ ਨਾ ਜੀ ਡਿਪਾਰਟਮੈਂਟ, ਡੀ ਸੀ ਸਾਹਿਬ ਵੀ ਕਹਿ ਦੇਣਗੇ ਐਸ ਐਚ ਓ ਦਾ ਕੰਮ ਹੈ ਜਾਂ ਪੀ ਸੀ ਆਰ ਦਾ ਕੰਮ, ਮੈਂ ਤਾਂ ਕਰਨਾ ਨਹੀਂ। ਇਸ ਤਰ੍ਹਾਂ ਡੀ ਸੀ ਸਾਹਿਬ ਕਹਿ ਦੇਣਗੇ, ਇਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਕਹਿ ਦੇਣਗੇ, ਉਹਨਾਂ ਨੂੰ ਕਹਿ ਜੀ ਐਸੇ ਹੋਟਲ ਨੇ ਉੱਥੇ ਜਿਨ੍ਹਾਂ ਨੇ ਬਰਾਂਡੇ ਮੱਲ ਲਏ ਸਾਰੇ, ਵੀ ਲੋਕਾਂ ਦੇ ਤੁਰਨ ਨੂੰ ਵੀ ਥਾਂ ਨਹੀਂ ਛੱਡਿਆ, ਵੀ ਜਿਵੇਂ ਇਹਨਾਂ ਦੇ ਪਿਓ ਦੀਆਂ ਥਾਵਾਂ ਹੁੰਦੀਆਂ। ਇਹ ਗੱਲ ਦੱਸਣ ਵੀ ਕੀ ਐਸ ਸੀ ਓ 'ਚ ਹੋਟਲ ਬਣ ਸਕਦਾ? ਬਣ ਹੀ ਨਹੀਂ ਸਕਦਾ। 400 ਕਰੋੜ ਰੁਪਇਆ ਰਕਮ ਹੁੰਦੀ ਹੈ, ਇਹਨਾਂ ਨੇ ਤੇ ਠੀਕਰੀਆਂ ਬਣਾਤੀਆਂ ਲੱਗੇ ਕਿੱਥੇ? ਉਹ ਕਹਿੰਦੇ ਕਹਿੰਦੇ ਵੀ 9/22 ਦੀ ਇਨਕੁਆਇਰੀ ਛੇਤੀ ਤੋਂ ਛੇਤੀ ਕਰੋ, ਪਤਾ ਲੱਗੇ 400 ਕਰੋੜ ਲੱਗੇ ਕਿੱਥੇ। ਸਤਿ ਸ਼੍ਰੀ ਅਕਾਲ, ਨਮਸਕਾਰ, ਮੈਂ ਹਾਂ ਦੀਪਕ ਭੰਡਾਰੀ, ਤੁਸੀਂ ਦੇਖ ਰਹੇ ਹੋ ਡੀਪੋਏ ਨਿਊਜ਼, ਸਾਡੇ ਵਿਸ਼ੇਸ਼ ਪ੍ਰੋਗਰਾਮ ਖਰੀਆਂ ਖਰੀਆਂ ਤੁਹਾਡਾ ਸਵਾਗਤ ਹੈ। ਅਸੀਂ ਤਾਂ ਪਹਿਲਾਂ ਹੀ ਕਈ ਵਾਰੀ ਕਹਿ ਚੁੱਕੇ ਹਾਂ ਜਿੰਨਾ ਪੈਸਾ ਸਰਕਾਰ ਵੱਲੋਂ ਹਰ ਸਾਲ ਗਲੀਆਂ ਨਾਲੀਆਂ ਸੜਕਾਂ ਬਣਾਉਣ ਦੇ ਉੱਤੇ ਖਰਚ ਕੀਤਾ ਜਾਂਦਾ, ਜੇ ਵਾਕਈ ਉਹ ਪੈਸਾ ਹੁਣ ਤੱਕ ਪਿਛਲੇ ਜੇ 20-22 ਸਾਲ ਦੀ ਗੱਲ ਕਰ ਲਈਏ ਲੱਗ ਗਿਆ ਹੁੰਦਾ ਅੰਮ੍ਰਿਤਸਰ ਦੀਆਂ ਸੜਕਾਂ ਦੇ ਉੱਤੇ, ਅਤੇ ਹੁਣ ਤੱਕ ਸੜਕਾਂ ਚਾਂਦੀ ਦੀਆਂ ਬਣ ਜਾਣੀਆਂ ਸੀ, ਦੁਬਾਰਾ ਪੈਸਾ ਲਾਉਣ ਦੀ ਲੋੜ ਨਹੀਂ ਸੀ ਪੈਣੀ। ਇਹਦੇ ਨਾਲ ਦੀ ਨਾਲ ਜੇ ਇਹ ਦੋਵੇਂ ਡਿਪਾਰਟਮੈਂਟ ਕਾਰਪੋਰੇਸ਼ਨ ਅਤੇ ਇੰਪਰੂਵਮੈਂਟ ਟਰੱਸਟ ਆਪਣੇ ਇਲਾਕੇ ਦੇ ਵਿੱਚ ਹੋਣ ਵਾਲੇ ਅਵੈਧ ਨਿਰਮਾਣ ਰੋਕ ਲੈਂਦੇ, ਯਾਨੀ ਕਿ ਜਿੰਨੀ ਹਾਈਟ ਹੈ ਕਿਸੇ ਬਿਲਡਿੰਗ ਦੀ ਉਸ ਤੋਂ ਵੱਧ ਨਾ ਬਣਨ ਦਿੰਦੇ, ਨਜਾਇਜ਼ ਕਬਜ਼ੇ ਨਾ ਹੋਣ ਦਿੰਦੇ, ਨਜਾਇਜ਼ ਇਮਾਰਤਾਂ ਨਾ ਬਣਨ ਦਿੰਦੇ, ਨਜਾਇਜ਼ ਕਲੋਨੀਆਂ ਨਾ ਬਣਨ ਦਿੰਦੇ, ਨਜਾਇਜ਼ ਦੁਕਾਨਾਂ ਨਾ ਬਣਨ ਦਿੰਦੇ, ਨਜਾਇਜ਼ ਮਾਲ ਨਾ ਬਣਨ ਦਿੰਦੇ, ਅਤੇ ਫਿਰ ਇਹਨਾਂ ਕੋਲੋਂ ਇੰਨਾ ਪੈਸਾ ਹੋ ਜਾਣਾ ਸੀ ਕਿ ਇਹਨਾਂ ਨੂੰ ਸਰਕਾਰ ਦੇ ਅੱਗੇ ਹੱਥ ਟੱਡਣ ਦੀ ਲੋੜ ਨਹੀਂ ਸੀ ਪੈਣੀ। ਪਰ ਇਹ ਕਰਨ ਕੀ, ਇਹ ਮਜਬੂਰ ਨੇ ਆਪਣੀਆਂ ਆਦਤਾਂ ਤੋਂ, ਪੈਸਾ ਇਹਨਾਂ ਅਫਸਰਾਂ ਦੀਆਂ ਜੇਬਾਂ ਦੇ ਵਿੱਚ ਜਾ ਰਿਹਾ ਜਿਹੜਾ ਪੈਸਾ ਸਰਕਾਰ ਦੇ ਖਜ਼ਾਨੇ ਦੇ ਵਿੱਚ ਜਾਣਾ ਚਾਹੀਦਾ ਸੀ। ਬਦਲਾਵ ਕਰਕੇ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੋਕਾਂ ਨੇ ਚੁਣਿਆ ਸੀ, ਅਤੇ ਲੋਕ ਉਦੋਂ ਸਮਝਦੇ ਸਨ ਵੀ ਜਿਹੜੀ ਭ੍ਰਿਸ਼ਟਾਚਾਰੀ ਹੈ, ਜਿਹੜੀ ਰਿਸ਼ਵਤਖੋਰੀ ਹੈ, ਜਿਹੜਾ ਨਜਾਇਜ਼ ਕੰਮ ਹੋ ਰਹੇ ਨੇ, ਚਾਹੇ ਉਹ ਇੰਪਰੂਵਮੈਂਟ ਟਰੱਸਟ ਹੋਵੇ ਚਾਹੇ ਉਹ ਕਾਰਪੋਰੇਸ਼ਨ, ਉਹ ਨਜਾਇਜ਼ ਕੰਮ ਹੁਣ ਨਹੀਂ ਹੋਣਗੇ। ਪਰ ਇਹ ਅਫਸਰ ਐਡੇ ਢੀਠ ਨੇ, ਕਿਉਂਕਿ ਅਸਲ ਸਰਕਾਰ ਇਹ ਅਫਸਰ ਨੇ, 2.5 ਸਾਲ ਤਾਂ ਹੁਣ ਲੰਘ ਨੇ ਆਮ ਆਦਮੀ ਪਾਰਟੀ ਨੂੰ, ਅਗਲੀ ਵਾਰ 27 ਦੇ ਵਿੱਚ ਇਹਨਾਂ ਦੀ ਸਰਕਾਰ ਬਣਨੀ ਹੈ ਕਿ ਨਹੀਂ ਬਣਨੀ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਤੁਸੀਂ ਦੇਖੋ, ਪੈਸਾ ਅਸੀਂ ਫਿਰ ਵਾਰ-ਵਾਰ ਕਹਿੰਦੇ ਹਾਂ, ਜੇ ਸਰਕਾਰ ਦੇ ਖਜ਼ਾਨੇ 'ਚ ਆਏਗਾ ਫਿਰ ਹੀ ਡਿਵੈਲਪਮੈਂਟ ਹੋਏਗੀ। ਅਤੇ ਮਤ ਸਮਝੋ ਵੀ ਸਾਨੂੰ ਕੀ ਲੈਣਾ ਦੇਣਾ, ਪੈਸਾ ਤੁਹਾਡੇ ਦਿੱਤੇ ਟੈਕਸ ਦਾ, ਤੁਹਾਡੇ ਬੱਚਿਆਂ ਦੇ ਜਿਹੜੇ ਭਵਿੱਖ ਹੈ ਉਹਨਾਂ ਨੂੰ ਨੌਕਰੀਆਂ ਨਹੀਂ ਮਿਲਣਗੀਆਂ ਜੇ ਸਰਕਾਰ ਕੋਲ ਪੈਸਾ ਹੀ ਨਹੀਂ ਹੋਏਗਾ। ਅਤੇ ਪੈਸਾ ਇਹਨਾਂ ਦੀਆਂ ਜੇਬਾਂ ਜਾ ਰਿਹਾ। ਅੱਜ ਸਾਡੇ ਕੋਲ ਇੱਕ ਸ਼ਿਕਾਇਤ ਪਹੁੰਚੀ ਹੈ, ਸ਼ਿਕਾਇਤ ਕੀਤੀ ਹੈ ਫਿਰ ਗੌਰਵ ਠਾਕਰ ਨੇ, ਸ਼ਿਕਾਇਤ ਕੀਤੀ ਕਿਹਦੀ ਹੈ, ਇਲਾਕੇ ਦੇ ਐਕਸ਼ੀਅਨ ਦੀ, ਬਿਕਰਮਜੀਤ ਅਤੇ ਜੈ ਮਨਦੀਪ ਦੀ। ਉਹਦਾ ਇਹ ਕਹਿਣਾ ਕਿ ਇਹ ਭ੍ਰਿਸ਼ਟਾਚਾਰ ਜਿਹੜਾ ਕਾਰਪੋਰੇਸ਼ਨ ਦੇ ਵਿੱਚ ਹੋ ਰਿਹਾ ਨਾ, ਇਹ ਦੋਨੋਂ ਜਿਹੜੇ ਨੇ ਜੜ ਨੇ ਭ੍ਰਿਸ਼ਟਾਚਾਰ ਦੀ। 400 ਕਰੋੜ ਰੁਪਏ ਦੇ ਟੈਂਡਰ ਹੁੰਦੇ ਨੇ। ਇਸ ਤੋਂ ਪਹਿਲਾਂ ਮੈਂ ਅੱਗੇ ਜਾਵਾਂ, ਮੈਂ ਮੇਰੇ ਸਾਥੀ ਰਕੇਸ਼ ਉਹਨਾਂ ਨੂੰ ਨਾਲ ਲਵਾਂਗਾ। ਸ਼ਮਾ ਜੀ, ਨਮਸਕਾਰ। ਨਮਸਕਾਰ ਭੰਡਾਰੀ ਸਾਹਿਬ। ਸ਼ਮਾ ਜੀ, ਦੇਖੋ ਅਸੀਂ ਕੱਲ੍ਹ ਵੀ ਪ੍ਰੋਗਰਾਮ ਕੀਤਾ ਸੀ ਕਿ ਕਿਸ ਤਰ੍ਹਾਂ ਗੌਰਵ ਠਾਕਰ ਨੇ ਆਰੋਪ ਲਾਏ ਸਨ ਬਿਕਰਮਜੀਤ ਸਿੰਘ ਐਕਸ਼ੀਅਨ ਨੇ, ਹਾਲਾਂਕਿ ਉਹਨਾਂ ਨੇ ਤਾਂ ਆਰੋਪਾਂ ਨੂੰ ਨਕਾਰਿਆ ਸੀ। ਪਰ ਅੱਜ ਗੌਰਵ ਠਾਕਰ ਨੇ ਇੱਕ ਇਮਾਰਤ ਦੀਆਂ ਸਾਨੂੰ 4 ਵੀਡੀਓਜ਼ ਭੇਜੀਆਂ ਵਾਰ-ਵਾਰ। ਜੀ ਜੀ, ਬੈਸਟ ਵੈਸਟਰਨ ਹੋਟਲ ਹੈ, ਉਹਦੇ ਬਿਲਕੁਲ ਨਾਲ ਇੱਕ ਬਿਲਡਿੰਗ ਬਣ ਰਹੀ ਹੈ। ਵੈਸੇ ਨਿਯਮ ਤਾਂ ਇਹ ਕਹਿੰਦੇ ਵੀ 49.7 ਫੁੱਟ, ਮਤਲਬ ਮੰਨ ਲਓ ਕਿ 50 ਫੁੱਟ ਤੋਂ ਵੱਧ ਬਣ ਨਹੀਂ ਸਕਦੀ, ਪਰ ਉਹ ਤਾਂ ਕੰਮ ਚੱਲ ਰਿਹਾ। ਅਤੇ ਬਿਕਰਮ ਸਿੰਘ ਜਿਹੜੇ ਸਾਡੇ ਐਸ ਸੀ ਨੇ, ਜਦੋਂ ਮੈਂ ਉਹਨਾਂ ਨਾਲ ਪਹਿਲੀ ਵਾਰ ਗੱਲ ਕੀਤੀ, ਐਕਸ਼ੀਅਨ
ਅਸੀਂ ਤਾਂ ਮੂੰਹ ਨਿਕਲ ਜਾਂਦਾ ਉਹ ਚੰਦ ਮਿੰਟਾਂ 'ਤੇ ਬਣਾਏ ਗਏ ਮਿੰਟ ਤਾਂ ਰਹੇ ਆ ਕੁਛ ਮਿੰਟ ਰਹੇ ਨਾ ਜੀ ਇਸ ਕਰਕੇ ਮੂੰਹ 'ਚੋਂ ਵਾਰ ਵਾਰ ਅਸੀਂ ਨਿਕਲ ਜਾਂਦਾ ਜੀ ਅਤੇ ਐਕਸ਼ੀਅਨ ਨੇ ਉਹ ਅਤੇ ਉਹ ਕਹਿੰਦੇ ਵੀ ਮੈਂ ਤਾਂ ਫੀਤਾ ਲੈ ਕੇ ਮਿਣ ਕੇ ਆਇਆ ਬਿਲਡਿੰਗ ਅਤੇ ਜਿਹੜਾ ਵੱਧ ਕੰਮ ਚੱਲ ਰਿਹਾ ਸੀ ਉਹ ਮੈਂ ਕਹਿੰਦੇ ਰੁਕਾ ਦਿੱਤਾ ਇਹ ਤਾਂ ਸਮਝ ਨਹੀਂ ਲੱਗ ਰਹੀ ਵੀ ਹੁਣ ਜੋ ਮੌਕੇ ਦੀ ਗੱਲ ਹੈ ਹੋਰ ਕੁਛ ਅਤੇ ਬਿਕਰਮਜੀਤ ਸਿੰਘ ਜੀ ਝੂਠ ਕਿਉਂ ਬੋਲੇ ਮੇਰੀ ਸਮਝ ਤੋਂ ਬਾਹਰ ਮੈਨੂੰ ਤਾਂ ਲੱਗਦਾ ਬਿਕਰਮਜੀਤ 'ਤੇ ਕੋਈ ਪੋਲੀਟੀਕਲ ਦਬਾਅ ਅਤੇ ਜਾਂ ਉਹ ਗਏ ਨਹੀਂ ਅਤੇ ਉਹਨਾਂ ਕਿਸੇ ਕੋਲ ਮਿਤੀ ਕਰਾ ਲਈ ਆ ਜੀ ਵੇਖੋ ਜੇ ਗਏ ਹੁੰਦੇ ਤਾਂ ਉਹਨਾਂ ਨੂੰ ਕੰਮ ਚੱਲਦਾ ਦਿਖ ਪੈਣਾ ਥੱਲੇ ਬਿਲਡਿੰਗ ਮਟੀਰੀਅਲ ਪਿਆ ਜੀ ਲੇਬਰ ਉੱਥੇ ਪਈ ਆ ਜੀ ਖਲੋਤੀ ਆ ਵੇਖੋ ਜਿਹੜੀ ਸਾਨੂੰ ਗੌਰਵ ਠਾਕਰ ਦੀ ਸਮਾਜ ਸੇਵਕ ਜਿਹਨਾਂ ਨੂੰ ਪਿਆਰ ਨਾਲ ਸਾਰਾ ਸ਼ਹਿਰ ਸਕੂਟਰੀ ਵਾਲਾ ਠੇਕੇਦਾਰ ਕਹਿੰਦੇ ਆ ਜੀ ਉਹ ਆਉਂਦੇ ਵੀ ਜਿੰਨੇ ਠੇਕੇਦਾਰ ਸੀ ਜੀ ਉਹ ਤਾਂ ਚੜ੍ਹ ਕੇ ਵੱਡੀਆਂ ਵੱਡੀਆਂ ਗੱਡੀਆਂ ਗਏ ਇਹ ਵਿਚਾਰਾ ਮਾਨਦਾਰ ਠੇਕੇਦਾਰ ਸਕੂਟਰੀ 'ਤੇ ਰਹਿ ਗਿਆ ਜੀ ਉਹ ਕੱਲ੍ਹ ਦੱਸਣ ਡੇ ਸੀ ਵੀ ਆਉਂਦੇ ਮੈਂ ਉਹ ਜਵਾਈਗੜ੍ਹ ਵੇਖਣ ਜਾਣਾ ਅਤੇ ਇੰਨੇ ਟੋਏ ਟਿੱਬੇ ਜਿਹਦੇ 24 ਕਰੋੜ ਦਾ ਕੰਮ ਹੋ ਰਿਹਾ ਉਹ ਆਉਂਦੇ ਮੇਰੀ ਸਕੂਟਰੀ 'ਚ ਉਹ ਸ਼ੀਸ਼ਾ ਜਿਹਾ ਵੱਜ ਗਿਆ ਉਹ ਵੀ ਟਾਇਰ ਪਾੜ ਗਿਆ ਆਉਂਦੇ ਸੋ ਮੇਰਾ ਨੁਕਸਾਨ ਹੋ ਗਿਆ ਟਾਇਰ ਨਵਾਂ ਪਾਉਣਾ ਪੈ ਗਿਆ ਉਹਨਾਂ ਨੂੰ ਕੋਲੋਂ ਮੈਂ ਕਰੈਕਟ ਕਰਦਾ 30 ਕਰੋੜ ਦੀ 6 ਕਰੋੜ ਆ 6 ਨਹਾਂਸ ਹੋ ਗਿਆ ਨਾ ਜੀ ਆਹੋ ਤੂੰ ਵੇਖੋ ਵੀ ਉਹ ਵੀਡੀਓ ਪਾ ਰਹੇ ਮੌਕੇ ਦੇ ਉੱਤੇ ਖਲੋ ਕੇ ਕੰਮ ਚੱਲਣ ਡਿਆ ਜੀ ਅਤੇ ਐਕਸ਼ੀਅਨ ਸਾਹਿਬ ਕਹਿੰਦੇ ਆ ਵੀ ਕੰਮ ਨਹੀਂ ਜੀ ਮੈਂ ਰੁਕਾ ਕੇ ਆਇਆ ਅਤੇ ਉਹ ਵੀ ਉਹ ਠੱਗਦੀ ਇਹ ਵੀ ਦੱਸਦੇ ਵੀ ਕੋਈ ਸੋਨੂ ਗਾਂਧੀ ਆ ਵਰਕ ਮਿਸਤਰੀ ਆਉਂਦੇ ਜਾਂਦਾ ਆਉਂਦਾ ਵੀ ਮੇਰੇ ਕੋਲ ਕਿਹੜੀ ਮਜਾਇਲ ਫੜੀ ਆ ਵੀ ਮੈਂ ਮਾਰਦਾ ਮੈਂ ਤਾਂ ਵਰਕ ਮਿਸਤਰੀ ਹਾਂ ਮੈਂ ਤਾਂ ਕਹਿ ਹੀ ਦੱਸਦਾ ਵੀ ਰੋਕੋ ਹੁਣ ਐਸਟੀਓ ਸਾਹਿਬ ਇਹ ਵੀ ਐਕਸ਼ੀਅਨ ਸਾਹਿਬ ਇਹ ਵੀ ਕਹਿੰਦੇ ਵੀ ਮੇਰਾ ਕੰਮ ਹੁੰਦਾ ਫੀਲਡ ਦਾ ਜੇਈ ਦਾ ਅਤੇ ਐਸਡੀਓ ਦਾ ਮੇਰਾ ਤਾਂ ਕੰਮ 10% ਕੰਮ ਚੈੱਕ ਕਰਨਾ ਵੀ ਜਾਂ ਬਿਲਡਿੰਗਾਂ ਚੈੱਕ ਕਰਨਾ ਇਹਨਾਂ ਦਾ ਕੰਮ ਆ ਉਹ ਆਉਂਦੇ ਵੀ ਕੋਈ ਕਹਿ ਰਹੇ ਵੀ ਐਸਡੀਓ ਮੇਰਾ ਤਾਂ ਡਰਦਾ ਹੀ ਭੱਜ ਗਿਆ ਛੁੱਟੀ ਜੀ ਇਹਦਾ ਮਤਲਬ ਹੈਗਾ ਵੀ ਪੁਲਿਸ ਕਮਿਸ਼ਨਰ ਕੋਲ ਜੇ ਕੋਈ ਕੰਪਲੇਂਟ ਜਾਂਦੀ ਹੈ ਤਾਂ ਉਹ ਇਹ ਕਹਿ ਦੇਣ ਕਿ ਮੇਰਾ ਦਫ਼ਤਰੀ ਕੰਮ ਹੈ ਥੱਲੇ ਇੰਪਲੀਮੈਂਟੇਸ਼ਨ ਤਾਂ ਥੱਲੇ ਕਰਨੀ ਹੈ ਨਾ ਜੀ ਡਿਪਾਰਟਮੈਂਟ ਇਸ ਤਰ੍ਹਾਂ ਡੀ ਸੀ ਸਾਹਿਬ ਵੀ ਐਸ ਐਚ ਓ ਦਾ ਕੰਮ ਆ ਜਾਂ ਪੀ ਸੀ ਆਰ ਦਾ ਕੰਮ ਮੈਂ ਤਾਂ ਕਰਨਾ ਨਹੀਂ ਇਸ ਤਰ੍ਹਾਂ ਡੀ ਸੀ ਸਾਹਿਬ ਕਹਿ ਦੇਣਗੇ ਇਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਕਹਿ ਦੇਣਗੇ 3 ਦਿਨ ਪਹਿਲਾਂ ਮੇਰੀ ਗੱਲ ਹੋਈ ਇਹ ਕਹਿੰਦੇ ਵੀ ਮੈਂ ਕੋਈ ਵੀ ਕੰਮ ਚੈੱਕ ਕੀਤਿਓ ਬਗੈਰ ਬਾਅਦ ਬਿੱਲ ਪਾਸ ਆਉਂਦੇ ਕਲੀਅਰ ਨਹੀਂ ਕਰਦਾ ਆਉਂਦੇ ਮੈਂ ਤਾਂ ਸਵੇਰੇ ਸੈਰ ਕਰਦਾ ਕਰਦਾ ਗਲੀਆਂ ਸਾਰੀਆਂ ਚੈੱਕ ਕਰਨਾ ਤਾਂ ਸੈਰ ਕਰਦੇ ਕਰਦੇ ਆ ਬੈਸਟ ਵੈਸਟਨ ਹੋਟਲ ਦੇ ਨਾਲ ਦੀ ਬਿਲਡਿੰਗ ਵੇਚ ਲੈਣੀ ਗੀ ਅਤੇ ਉਹਨਾਂ ਨੇ ਕਿਹਾ ਜੀ ਐਸੇ ਹੋਟਲ ਨੇ ਉੱਥੇ ਜਿਨ੍ਹਾਂ ਨੇ ਬਰਾਂਡੇ ਮਾਲੇ ਸਾਰੇ ਵੀ ਲੋਕਾਂ ਦੇ ਤੁਰਨ ਨੂੰ ਵੀ ਥਾਂ ਨਹੀਂ ਛੱਡਿਆ ਵੀ ਜਿਵੇਂ ਇਹਨਾਂ ਦੇ ਪਿਓ ਦੀਆਂ ਥਾਵਾਂ ਇਹ ਗੱਲ ਦੱਸਣ ਵੀ ਕੀ ਐਸਸੀਓ 'ਚ ਹੋਟਲ ਬਣ ਸਕਦਾ ਬਣ ਹੀ ਨਹੀਂ ਸਕਦਾ ਉਹਦੇ ਹੋਟਲ ਸਾਈਡ ਹੀ ਨਹੀਂ ਹੈਗੀ ਸਭ ਪਹਿਲੀ ਗੱਲ ਤਾਂ ਇੱਥੇ ਗੱਲ ਤਾਂ ਕਹਿੰਦੇ ਪਲੈਨ ਪਾਸ ਆ ਇਹ ਮੈਨੂੰ ਇਹ ਕਿੱਦਾਂ ਹੋਟਲ ਦਾ ਪਲੈਨ ਪਾਸ ਹੁੰਦਾ ਇਹਦੇ ਸ਼ੋਪ ਕੰਮ ਆਫਿਸ ਹੈਗੇ ਆ ਜੀ ਐਕਸ਼ੀਅਨ ਸਾਹਿਬ ਨੂੰ ਸ਼ਾਇਦ ਇਹ ਗੱਲ ਪਤਾ ਹੀ ਨਹੀਂ ਚਲੋ ਕੇਜੀ ਸ਼ਾਇਦ ਇਹਨੂੰ ਕੋਈ ਹੋਟਲ 'ਚ ਵੀ ਆਉਂਦੇ ਵੀ ਇਹ ਵੀ ਕੋਈ ਗੌਰਮੈਂਟ ਦੇ ਆਰਡਰ ਪਹਿਲਾਂ ਤਾਂ ਕਹਿੰਦੇ ਵੀ 65 ਫੁੱਟ ਪਾਸ ਆ ਤਾਂ ਉਹਨਾਂ ਨੂੰ ਇਹ ਨਹੀਂ ਪਤਾ ਵੀ 65 ਫੁੱਟ ਪਾਸ ਨਹੀਂ ਹੋ ਸਕਦਾ ਕਹਿੰਦੇ ਵੀ ਇਹ ਹੋਟਲ ਪਾਸ ਆ ਇਹਨੂੰ ਇਹ ਵੀ ਨਹੀਂ ਪਤਾ ਵੀ ਇੱਥੇ ਹੋਟਲ ਬਣ ਨਹੀਂ ਸਕਦਾ ਸ਼ੋਪ ਕੰਮ ਆਫਿਸ ਦਾ ਜੇ ਹੋਟਲ ਵੀ ਬਣਨ ਡਿਆ ਤਾਂ ਉਹ ਇਲੀਗਲ ਬਣਨ ਡਿਆ ਫਿਰ ਤੁਸੀਂ ਕੀ ਵੇਖਣ ਡੇ ਫਿਰ ਕਹਿੰਦੇ ਮੈਨੂੰ ਤਾਂ 7 ਦਿਨ ਹੋ ਗਏ ਤੇ ਆ 8 ਦਿਨ ਹੋ ਗਏ ਆਇਆ ਇੱਕ ਨਿੱਕਾ ਜਿਹਾ ਬੂਥ 10 ਗਜ਼ ਜਾਂਦਾ ਤੁਸੀਂ ਤੋੜਾ ਹੈ ਬੜੀ ਛੇਤੀ ਥੋੜੇ ਲੈ ਗਏ ਆ ਵੱਡੀ ਬਿਲਡਿੰਗ ਨੂੰ ਹੱਥ ਪਾਓ ਜੇ ਜੀ ਤੁਸੀਂ ਦੇਖੋ ਮੈਂ ਵੀਡੀਓ ਐਡੀਟਰ ਨੂੰ ਬੇਨਤੀ ਕਰਾਂਗਾ ਨਾਲ ਦੀ ਨਾਲ ਉਹ ਵੀਡੀਓ ਜਿਹੜੀਆਂ ਹੈਗੀਆਂ ਸਾਡੇ ਕੋਲ ਉਹ ਵੀ ਦਿਖਾਈ ਜਾਣ ਸਕਰੀਨ ਦੇ ਉੱਪਰ ਨਾਲ ਜਿਹੜੀ ਸ਼ਿਕਾਇਤ ਕੀਤੀ ਹੈ ਗੌਰਵ ਠਾਕਰ ਵੱਲੋਂ ਡਾਇਰੀ ਕਰਾਈ ਗਈ ਚਿੱਠੀ ਜਿਹਦੇ ਵਿੱਚ ਉਹਨੇ ਇਹ ਵੀ ਕਿਹਾ ਕਿ ਭ੍ਰਿਸ਼ਟਾਚਾਰ ਹੋ ਰਿਹਾ ਅਤੇ ਇਹ ਵੀ ਆਖਿਆ ਕਿ ਕਿਸ ਤਰ੍ਹਾਂ ਜਿਹੜੀਆਂ ਨਜਾਇਜ਼ ਬਿਲਡਿੰਗਾਂ ਬਣਦੀਆਂ ਅਤੇ ਉਹਨੇ ਆਪਣੇ ਆਪ 'ਤੇ ਵੀ ਅੰਦੇਸ਼ਾ ਜਤਾਇਆ ਕਿ ਮੈਨੂੰ ਜਾਨ ਨੂੰ ਖਤਰਾ ਹੈ ਅਤੇ ਮੈਂ ਉਹਨਾਂ ਨਾਲ ਗੱਲ ਕੀਤੀ ਹੈ ਤੁਹਾਨੂੰ ਸੁਣਾਉਂਦੇ ਹਾਂ ਗੌਰਵ ਠਾਕੁਰ ਦਾ ਇਸ ਬਾਰੇ ਕੀ ਕਹਿਣਾ ਹੈਲੋ ਨਮਸਕਾਰ ਜੀ ਗੌਰਵ ਠਾਕੁਰ ਜੀ ਨਮਸਕਾਰ ਨਮਸਕਾਰ ਭਾਜੀ ਨਮਸਕਾਰ ਦੀਪਕ ਭੰਡਾਰੀ ਬੋਲ ਰਿਹਾ ਸਰ ਹਾਂਜੀ ਹਾਂਜੀ ਸਰ ਹਾਂਜੀ ਹਾਂ ਗੌਰਵ ਜੀ ਦੱਸੋ ਤੁਸੀਂ ਕੰਪਲੇਂਟ ਕੀਤੀ ਹੈ ਬਿਕਰਮ ਐਕਸ਼ੀਅਨ ਦੀ ਜਿਹਨੂੰ ਤੁਹਾਡੇ ਮੁਤਾਬਕ ਜਿਹਨੂੰ 1 ਘੰਟੇ ਦਾ ਐਸਸੀ ਬਣਾਇਆ ਗਿਆ ਸੀਗਾ ਚੰਦ ਮਿੰਟਾਂ ਦਾ ਐਸਸੀ ਕਹਿੰਦੇ ਸਾਰੇ ਚਲੋ ਜੀ ਘੰਟਾ ਦੀ ਕਹਿਤਾ ਚਲੋ ਵਧੀਆ ਵਧੀਆ ਨੂੰ ਚਲੋ 60 ਮਿੰਟ ਦੇਣਾ ਘੰਟੇ ਚ ਤੁਸੀਂ ਠੀਕ ਹੈ ਜੀ ਠੀਕ ਹੈ ਤੇ ਇਹਦੇ ਕੀ ਹੈ ਜਿਹੜੀ ਇਹ ਬਿਲਡਿੰਗ ਬਣ ਰਹੀ ਹੈ 70 ਨੰਬਰ ਬੂਥ ਹੈ ਜਿਹੜਾ ਸਰ ਸਰ ਇਹਨੂੰ ਨਾ ਚਾਰਜ ਦਿੱਤਾ ਗਿਆ ਚੇਤਾ ਹੈ ਚੇਅਰਮੈਨ ਸਾਹਿਬ ਦਾ ਐਕਸੀਅਨ ਜੀ ਇਹਨੂੰ ਲੁੱਟਣ ਵਾਸਤੇ ਜਹਾਜ਼ਗੜ੍ਹ ਦਿੱਤਾ ਗਿਆ
ਰਣਜੀਤ ਸਿੰਘ ਦਿੱਤਾ ਗਿਆ। ਇਹ ਉਹੀ ਜਈ ਹੈ ਜਿਹਨੂੰ ਜਿਹੜੇ ਤੇ ਵਿਜੀਲੈਂਸ ਦੀ ਇਨਕੁਆਇਰੀ ਚੱਲ ਰਹੀ ਸੀ, ਇਹਨਾਂ ਠੱਪ ਕਰਾਤੀ ਹੈ ਇਹਨਾਂ ਦੀ ਪਾਵਰ ਦੇ ਨਾਲ। ਮਨਦੀਪ ਸਿੰਘ ਜਈ ਦੀ ਗੱਲ ਕਰ ਰਹੇ ਹੋ ਸਰ? ਹਾਂ, 79 ਨੰਬਰ ਸਰ, ਇਹਦੀ ਇਨਕੁਆਇਰੀ ਚੱਲਣ ਦੀ ਵਿਜੀਲੈਂਸ 'ਚ। ਤੁਸੀਂ ਦੋਨਾਂ ਦੀ ਸ਼ਿਕਾਇਤ ਕੀਤੀ ਹੈ ਸਰ? ਮੈਂ ਇਹਨਾਂ ਦੀ ਪੁਲਿਸ ਵਿਜੀਲੈਂਸ ਨੂੰ ਵੀ ਕੀਤੀ, ਹਾਂਜੀ ਪੁਲਿਸ ਵਿਜੀਲੈਂਸ ਨੂੰ ਵੀ ਕੀਤੀ ਹੋਈ ਆ। ਦੂਸਰੀ ਇਹਨਾਂ ਦੀ ਮੈਂ ਲੋਕਲ ਬੋਡੀ ਸੈਕਟਰੀ ਸਾਹਿਬ ਨੂੰ ਵੀ ਕੀਤੀ ਹੋਈ ਆ। ਬੜੇ ਹੀ ਮਾਣਯੋਗ, ਸ਼ਾਇਦ ਮੇਰੀ ਆਵਾਜ਼ ਪਹੁੰਚ ਜਾਏ ਉਹਨਾਂ ਤੱਕ, ਸ਼ਾਇਦ ਤੁਹਾਡੇ ਦੋਵੇਂ ਪਹੁੰਚ ਜਾਵੇ। ਤੁਹਾਡੀ ਸ਼ਿਕਾਇਤ ਦਾ ਆਧਾਰ ਕੀ ਹੈ ਸਰ? ਮੈਨੂੰ ਇਹ ਧਮਕਾ ਰਿਹਾ, ਠੈਟ ਕਰ ਰਿਹਾ, ਬੜੀ ਵਾਰੀ ਵਾਰ ਵਾਰ ਕਹਿ ਰਿਹਾ ਮੇਰਾ, ਜੇ ਐਕਸੀਡੈਂਟ ਹੁੰਦਾ ਜਾਂ ਮੈਨੂੰ ਕੁਛ ਧੱਕਾ ਵੱਜਦਾ, ਕੋਈ ਮਾਰਦਾ, ਕੁਛ ਹੁੰਦਾ, ਨੁਕਸਾਨ ਹੁੰਦਾ, ਸਿੱਧੇ ਤੌਰ ਤੇ ਇਹਦਾ ਜ਼ਿੰਮੇਵਾਰ ਐਕਸੀਡੈਂਟ ਉਹ ਵਿਕਰਮ ਹੋਏਗਾ, ਮੈਂ ਵਾਰ ਵਾਰ ਕਹਿ ਰਿਹਾ ਵਾਂ। ਇਹ ਵਿਕਰਮ ਮੈਨੂੰ ਤੁਹਾਡੇ ਮਗਰ ਕਿਉਂ ਪਿਆ, ਤੁਹਾਡਾ ਕੀ ਸਰ? ਸਰ ਕਿਉਂ ਪਿਆ ਵਾ? ਔਰ ਮੈਂ ਤੁਹਾਨੂੰ ਕਰਨ ਦੱਸਦਾ, ਕਿਉਂਕਿ ਮੇਰੇ ਖੁਲਾਸੇ ਕਰ ਰਿਹਾ ਵਾਰ ਵਾਰ, ਹਰ ਹਫ਼ਤੇ 'ਚ ਮੈਂ ਸਰ ਇਹਦੇ ਮੈਂ ਜਲੂਸ ਕੱਢ ਰਿਹਾ, ਦਿਖਾ ਰਿਹਾ ਕਿ ਕਿੰਨੇ ਲੁੱਟ ਰਿਹਾ ਸਰ ਸਰਕਾਰ ਨੂੰ। ਇਹ ਤੇ ਇੱਕ ਆਪਣਾ ਟੈਂਟ ਹਾਊਸ ਵਾਲੇ ਨੇ ਕੇਸ ਕੀਤਾ ਇਹ ਤੇ, ਤੇ ਇਹ ਸਰ ਵੇਖੋ ਜਹਾਜਗੜ੍ਹ ਜਾ ਕੇ ਵੇਖੋ ਪੋਜੀਸ਼ਨ ਕੀ ਹੋ ਰਹੀ, ਉਹ ਲੁੱਟ ਕੇ ਖਾ ਗਏ ਜਹਾਜਗੜ੍ਹ ਨੂੰ ਸਾਰਾ। ਮਤਲਬ ਤੁਹਾਡੇ 400 ਕਰੋੜ ਦੇ ਕੰਮ 'ਚ ਸਰ, ਸੁਣੋ ਮੇਰੀ ਗੱਲ, ਸੁਣ ਲਓ, ਬੇਨਤੀ ਸੁਣ ਲਓ ਇੱਕ ਵਾਰੀ, 400 ਕਰੋੜ ਦੇ ਕੰਮ 'ਚ ਸਰਕਾਰ ਦੇ, ਜਿੱਥੇ ਵਿਜੀਲੈਂਸ ਦੀ ਇਨਕੁਆਇਰੀ ਚੱਲ ਰਹੀ ਹੈ, 200 ਕਰੋੜ ਦੇ ਕੰਮ ਮੇਰੇ ਕੋਲ ਸੀ ਸਰ। ਅੱਛਾ, 200 ਕਰੋੜ ਦੇ ਕੰਮ ਸੀ ਦੇਖੋ ਮੇਰੇ ਕੋਲ ਸੀ, ਹਾਂਜੀ ਹਾਂਜੀ, 2012 ਤੋਂ ਲੈ ਕੇ ਸਰ ਮੈਂ ਆਪ ਜਾਣਾ ਆਪਣਾ। 200 ਕਰੋੜ ਦਾ, 200 ਕਰੋੜ ਇਹਨਾਂ ਨੇ ਕੀ ਕੰਮ ਕੀਤੇ ਸਰ? ਇਹ ਜਿਹੜੀ ਸਰਕਾਰ 200 ਕਰੋੜ 'ਚ ਸਰ, 200 ਕਰੋੜ ਜਿਹੜੀ ਸਰਕਾਰ ਜਾਂਦਾ ਨਾ, ਇਹਨੇ ਆਪਣਾ ਰੁਤਬਾ ਬਣਾਉਂਦਾ ਵਾ, ਸਿਸਟਮ ਬਣਾ ਲੈਂਦਾ ਆਪਣਾ, ਨੂੰ ਜਾ ਜਾਂਦੀ ਆ। ਇਹਨਾਂ ਦੇ ਦਫ਼ਤਰ ਦੇ ਅਧਿਕਾਰੀ ਹੀ ਬੋਲਣਗੇ ਇਹਦੇ ਬਾਰੇ, ਦੱਬੀ ਬਾਅਦ 'ਚ ਬੋਲਣ, ਭਾਵੇਂ ਬੋਲਣਗੇ ਜ਼ਰੂਰ, ਕਿਉਂਕਿ ਇਹ ਹਰ ਇੱਕ ਨੂੰ ਤੂੰ ਧੜੱਕ ਕਰਕੇ ਬੋਲਦਾ ਸਮਝਦਾ ਪਾ ਨਹੀਂ ਆਪਣੇ ਕੀ ਆ ਸਰ। ਕੱਲ੍ਹ ਤੁਸੀਂ ਦੇਖਿਆ ਜੀ ਸਰ ਭਾਸ਼ਾ 'ਚ ਕੀ ਬੋਲਿਆ ਸਰ? ਮੈਂ ਇੱਕ ਕੰਪਲੇਂਟ ਇੱਕ ਪਰਸੋਂ ਦਿੱਤੀ ਸੀ 27 ਤਰੀਕ ਨੂੰ 70 ਗਜ਼ ਦੇ ਬੂਥ ਦੀ, ਹੈ ਉਹਦੇ 'ਚ ਮੇਰੀ ਕੰਪਲੇਂਟ ਤੋਂ ਬਾਅਦ ਸਰ ਉੱਥੇ ਕਾਰਵਾਈ ਕਰਤੀ ਗਈ। ਉਸ ਤੋਂ ਬਾਅਦ ਮੇਰੇ ਘਰ ਵੀ ਆ ਗਿਆ ਬੰਦਾ, ਉਹ ਕਹਿੰਦਾ ਉਹਨੇ ਕਿਹਾ ਵਿਕਰਮ ਐਕਸੀਅਨ ਨੇ ਕਿਹਾ ਵਾ ਕਿ ਗੌਰਵ ਨੇ ਕੰਪਲੀਟ ਕੀਤੀ ਹੈ, ਇਹਦਾ ਮਤਲਬ ਤੁਹਾਡੀ ਸਿਸਟਮ ਮੈਂ ਖਰਾਬ ਕਰਨ ਡਿਆ ਨਾ, ਗਲਤ ਬਣਵਾਉਣ ਡੇ ਜੇ ਪੈਸੇ ਲੈ ਕੇ, ਤੇ ਉਸ ਤੋਂ ਮੇਰੇ ਕੋਲ ਭੇਜ ਦੇ ਵਿੱਚ ਮਾਨ ਸਾਹਿਬ ਵੀ ਨਾਂ ਗੁਪਤ ਰੱਖੋ, ਇਹ ਤੁਹਾਡਾ ਨਾਂ ਦੱਸ ਰਹੇ ਸਰ। ਉਸ ਤੋਂ ਬਾਅਦ ਸਰ, ਉਸ ਤੋਂ ਬਾਅਦ ਮੈਂ ਕੱਲ੍ਹ ਮੈਨੂੰ ਪਤਾ ਲੱਗਾ ਕਿ ਹੋਟਲ ਬਣਵਾ ਰਹੇ ਆ, ਫਿਰ ਉਸ ਤੋਂ ਬਾਅਦ ਹੋਟਲ ਬਣਵਾ ਰਹੇ ਸਰ, ਹਾਂਜੀ ਸਰ, ਉਹਦੀ ਸਰ ਕੰਪਲੀਟ ਮੈਂ ਦਿੱਤੀ ਕੱਲ੍ਹ, ਵੀਡੀਓ 2 ਵਾਰੀ ਵੀਡੀਓ ਦਿੱਤੀ, 2 ਵਾਰੀ ਬੋਲ ਕੇ ਦਿੱਤੀ ਸਰ, ਮੈਂ ਚੇਅਰਮੈਨ ਸਾਹਿਬ ਨੂੰ ਵੀ ਦੇ ਕੇ ਆਇਆ ਆਪਣਾ ਕੰਪਲੀਟ, ਉਹਦੇ 'ਚ ਕਹਿ ਕੇ ਆਇਆ, ਵੀਡੀਓ 'ਚ ਵੀ ਕਿਹਾ ਵਾ ਚੇਅਰਮੈਨ ਸਾਹਿਬ ਇਹ ਤੇ ਕਾਰਵਾਈ ਕਰੋ, ਜੇ ਕੀ ਇਹਨਾਂ ਦੇ ਐਕਸ਼ਨ ਕੰਟਰੋਲ 'ਚ ਨਹੀਂ ਹੁੰਦਾ। ਗੌਰਵ ਜੀ ਮੇਰੀ ਗੱਲ ਸੁਣੋ, ਮੈਂ ਗੱਲ ਕੀਤੀ ਹੋਣੀ ਵਿਕਰਮ ਉਹਨਾਂ ਨਾਲ ਵੀ, ਬੈਸਟ ਵੈਸਟਰਨ ਦੇ ਨਾਲ ਇੱਕ ਜਿਹੜਾ ਬਿਲਡਿੰਗ ਬਣ ਰਹੀ ਹੈ, ਉਹ ਕਹਿੰਦੇ ਮੈਂ ਫੀਤਾ ਲੈ ਕੇ ਮਿਣ ਕੇ ਆਇਆ, ਤੇ ਫਿਰ ਬੰਦਾ ਭੇਜ ਕੇ ਕਾਰਵਾਈ ਕਿਉਂ ਕਰਵਾ ਰਹੇ ਹੋ? ਗਾਂਧੀ ਨੂੰ ਭੇਜ ਭੇਜ ਕੇ ਦੋ ਜਿਹੜੀ ਤੁਸੀਂ ਸ਼ੁਰੂ ਹੋਈ ਲਗਾ, ਆਪ ਗਿਆ ਕਹਿੰਦੇ ਮੈਂ, ਪਹਿਲੇ ਤੇ ਉਹ ਕਹਿੰਦੇ ਵੀ ਇਹ ਹਾਈਟ ਦੇ ਉਹਨੂੰ ਮੁਤਾਬਕ ਬਣੀ ਹੈ, ਫਿਰ ਮੈਂ ਉਹਨਾਂ ਨੂੰ ਆਖਿਆ ਵੀ ਹਾਈਟ ਤੇ 65 ਫੁੱਟ ਤੇ ਸਰਕਾਰ ਨੇ ਕੀਤੀ ਨਹੀਂ ਕਦੀ ਵੀ, ਤੁਹਾਡੇ ਕੋਲ ਸ਼ਾਇਦ ਕੋਈ ਵੱਖਰੀ ਚਿੱਠੀ ਹੋਵੇ, ਪਰ ਉਹ ਕਹਿੰਦੇ ਨਹੀਂ ਨਹੀਂ ਮੈਂ ਹੁਣੇ ਵੇਖ ਕੇ ਦੁਬਾਰਾ ਤੁਹਾਨੂੰ ਦੱਸਦਾ। ਸਰ ਮੇਰੀ ਜੋਤੀ ਅਚਾਇਆ, ਮੈਂ ਹੁਣੇ ਹੁਣੇ ਗਿਆ ਸੀ ਸਰ, ਕਰਦੇ ਠੇਕੇਦਾਰ ਤੁਸੀਂ ਉਹ ਵੀ ਸਰ? ਮੈਂ ਮੌਕੇ ਤੇ ਗਿਆ ਸੀ, ਮੌਕੇ ਤੇ ਹੁਣ ਗਿਆ ਵਾਂ, 3 ਵਾਰੀ 4 ਵਾਰੀ ਹੋਇਆ ਵਾਂ, ਹੁਣ ਵੀ ਉੱਥੇ ਹੀ ਆ। ਹਾਂ ਸਰ ਸੁਣੋ, 2 ਵਾਰੀ ਉਹਨੇ ਗਾਂਧੀ ਭੇਜਿਆ, ਗਾਂਧੀ ਕਹਿੰਦਾ ਮੇਰੇ ਕੋਲ ਬੰਬ ਤੇ ਹੈਗਾ ਨੀ, ਮਿਜ਼ਾਈਲ ਤੇ ਮੇਰੇ ਕੋਲ ਕੋਈ ਹੀ ਨੀ, ਮੇਰੀ ਵਰਕ ਮਿਸਤਰੀ ਆ ਮੈਂ, ਉਹ ਵਿਚਾਰਾ ਬਾਕੀ ਵਰਕ ਮਿਸਤਰੀ ਉਹ ਕੀ ਕਰੂਗਾ? ਤੁਸੀਂ ਇੱਕ ਆਰੋਪ ਲਾ ਰਹੇ ਹੋ ਵੀ ਇਹਨਾਂ ਨੇ ਮੋਟੀ ਸੈਟਿੰਗ ਕੀਤੀ ਹੈ, ਮੋਟੇ ਪੈਸੇ ਲਏ ਆ, ਉਹ ਸਰ ਮੈਂ ਕਹਿੰਦਾ ਮੈਂ ਮੋਟੀ ਸੈਟਿੰਗ ਕੀਤੀ ਹੈ, ਜੇ ਨਹੀਂ ਸੈਟਿੰਗ ਕੀਤੀ ਸਰ ਤੇ ਕਾਰਵਾਈ ਕਰਨ। ਕਿੰਨੇ ਪੈਸੇ ਲਏ ਇਹਨਾਂ ਨੇ ਤੁਹਾਡੇ ਮੁਤਾਬਕ? 10 ਲੱਖ ਰੁਪਏ ਨੇ, 2 ਲੱਖ ਰੁਪਏ ਨੇ ਹਿਲਤਾ ਲੱਗਦਾ, ਫਿਰ ਕਹਿੰਦੇ ਕਿ ਜੋ ਸੁਣਨ ਚਾਹ ਰਿਹਾ ਮੱਲੇ ਜੋ ਮੇਰੀ ਟੋਲੀ ਜਿੱਥੇ ਰਣਜੀਤ ਨੇ ਰਹਿਣ ਵਾਲਾ ਵਾ, ਉਹਨਾਂ ਮਨਦੀਪ ਜੀ ਨੇ 10 ਲੱਖ ਕਿੰਨੇ ਲਿਆ? 10 ਲੱਖ ਨੇ ਤੇ 2 ਲੱਖ ਰੁਪਇਆ ਮਨਦੀਪ ਜੀ ਨੇ। ਕਿੰਨੇ ਕਿੰਨੇ ਉਹਦਾ ਨਾਂ ਨਹੀਂ ਐਕਸੀ ਨੇ, ਐਸੀ ਵਿਕਰਮ ਨੇ ਅਸੀਂ ਸਰ, ਐਡਾ ਭ੍ਰਿਸ਼ਟਾਚਾਰੀ ਸਰ ਐਕਸੀ ਰਹਿਣਾ ਮੇਰੇ ਕੋਲ, 2 ਲੱਖ ਕਿੰਨੇ ਲਿਆ ਇਹਦਾ ਸਰ ਮੈਂ ਸਾਰਾ ਦੱਸੂਗਾ ਕਿ ਜਿੱਥੋਂ ਤੱਕ ਵੀ ਕਰ ਜਾਊਗਾ ਨਾ। ਮੈਂ ਸਰ ਗੌਰਵ ਜੀ ਸਰ 2 ਲੱਖ ਕਿੰਨੇ ਲਿਆ ਐਕਸੀ ਨੇ ਆਪਣਾ ਜੈ ਮਨਦੀਪ ਨੇ? ਅੱਛਾ, ਜੈ ਮਨਦੀਪ ਨੇ ਲਿਆ। ਇਹਨਾਂ ਦੋਨਾਂ ਦੀ ਕਾਰਵਾਈ ਕਿਉਂ ਨਹੀਂ ਕਰ, ਕਿਉਂ ਨਹੀਂ ਕਾਰਵਾਈ ਸਰ, ਕਿਉਂ ਨਹੀਂ ਕਾਰਵਾਈ ਕਰ ਰਹੇ ਸਰ? ਜਿੱਥੇ ਵੀ ਇਹਨਾਂ ਨੂੰ ਨਾਲ ਲੈ ਕਹਿੰਦੇ ਕੋਈ ਐਫੀਡੇਵਿਟ ਦਿਓਗੇ ਇਹਨਾਂ ਨੇ 12 ਲੱਖ ਰੁਪਏ ਰਿਸ਼ਵਤ ਲਈ ਇਹਦੇ ਕੋਲੋਂ? ਸਰ ਸਰ ਮੈਂ ਸੁਣਨ ਡਿਆ, ਮੈਂ ਰਣਜੀਤ ਨੂੰ ਰਹਿਣ ਵਾਲਾ ਵਾਸੀ ਹਾਂ, ਮੇਰਾ ਇੱਥੇ ਘਰ ਨਾਲ ਹੀ, ਲੋਕਾਂ 'ਚ ਜੋ ਖੱਪ ਗਈ ਹੈ ਮੈਂ ਉਹ ਕਹਿੰਦਾ ਕਿ ਜੇ ਪੈਸੇ ਨਾ ਲਿੱਤੇ ਫਿਰ ਕਾਰਵਾਈ ਕਿਉਂ ਨਹੀਂ ਕਰਦੇ ਪਏ?
ਟੈਂਡਰ ਜਿਹੜੇ ਲੱਗਦੇ ਉਹ ਕਿੱਦਾਂ ਲੱਗਦੇ ਸਰ ਚਾਰ ਕਰੋੜ ਦੇ ਟੈਂਡਰ ਹੋਏ ਸੀ ਆਪਣਾ ਕਾਂਗਰਸ ਦੇ ਟਾਈਮ ਤੇ ਚਾਰ ਕਰੋੜ ਦੇ ਅੱਛਾ ਉਹਦੇ ਵਿੱਚੋਂ ਦੋ ਕਰੋੜ ਦੇ ਕੰਮ ਸਿੱਧੇ ਤੌਰ ਤੇ ਦਿੱਤੇ ਗਏ ਸੀ ਉਹ ਦੋ ਕਰੋੜ ਕੇ 200 ਕਰੋੜ 200 ਸੋਰੀ ਫਿਰ 200 ਕਰੋੜ ਸਰ ਜੀ ਹਾਂਜੀ 200 ਕਰੋੜ ਦੇ ਕੰਮ ਦਿੱਤੇ ਗਏ ਸੀ ਉਹਨਾਂ ਵਿੱਚੋਂ ਸਾਰੇ ਟੈਂਡਰ ਪੂਲ ਹੋਏ ਸੀ ਕੁਝ ਟੈਂਡਰ ਜੀ ਪੂਲਾਂ ਵਿੱਚੋਂ ਸਰ ਪੂਲਾਂ ਵਿੱਚੋਂ ਇਹਨਾਂ ਨੇ ਜਿਹੜੇ ਜਿਵੇਂ ਮੈਨੂੰ ਪੂਲ ਵਿੱਚ ਟੈਂਡਰ ਮਿਲ ਗਿਆ ਮੈਂ ਦੋ ਠੇਕੇਦਾਰਾਂ ਦੇ ਜਿਹੜੇ ਸਟੈਂਡ ਲਊਂਗਾ ਨਾ ਦੋ ਠੇਕੇਦਾਰਾਂ ਭਰੂੰਗਾ ਟੈਂਡਰ ਆਪਣੇ ਆਪਣੇ ਬੈਂਕ ਦੇ ਅਕਾਊਂਟ ਚੋਂ ਭਰੂੰਗਾ ਅੱਛਾ ਉਹਨਾਂ ਦੀ ਫੀਸਾਂ ਵੀ ਕਿਉਂਕਿ ਮੇਰੇ ਅਕਾਊਂਟ ਚੋਂ ਆਫਿਸ ਆਣਗੀਆਂ ਨਾ ਫਿਰ ਦੁਬਾਰਾ ਓਕੇ ਠੀਕ ਹੈ ਉਹ ਟੈਂਡਰ ਤੇ ਮੇਰਾ ਹੀ ਹੋਣਾ ਵਾ ਵੈਸੇ ਤੇ ਅਲੱਗ ਅਲੱਗ ਖਾਤੇ ਚੋਂ ਜਾਣੀ ਚਾਹੀਦੀ ਹੈ ਨਾ ਪਰ ਨਹੀਂ ਨਹੀਂ ਸਰ ਦੇਖੋ ਦੇਖੋ ਇੱਕ ਟੈਂਡਰ ਮੈਂ ਭਰਿਆ ਹਾਂ ਦੋ ਤੁਸੀਂ ਦੋ ਹੋ ਗਏ ਇਹ ਤੇ 20 ਹੋ ਗਏ ਬਾਕੀ 20 ਸੀ ਠੀਕ ਹੈ ਮੈਂ ਉਹਨਾਂ ਦਾ ਮੈਂ ਟੈਂਡਰ ਮੈਨੂੰ ਦਿੱਤਾ ਅਲਾਟ ਹੋ ਗਿਆ ਬੰਦਾ ਬਸ ਸੈਟਿੰਗ ਹੋ ਗਈ ਹਾਂ ਉਹ ਵੀ ਪੂਲ ਇਹਨੇ ਕਰਾਇਆ ਸੀ ਵਿਕਰਮ ਐਕਸ਼ਨ ਨੇ ਅੱਛਾ ਇਹ ਪੂਲ ਕਰਾ ਇਹਦਾ ਮਤਲਬ ਪੈਸੇ ਜੇ 400 ਕਰੋੜ ਲੱਗ ਜਾਵੇ ਸ਼ਹਿਰ ਤੇ ਤੇ ਸ਼ਹਿਰ ਦੀ ਤਿਉਹਾਰ ਬਦਲ ਜਾਂਦੀ ਤੇ ਹਰ ਸਰ ਉਹ ਫਾਈਲਾਂ ਉਹ ਸਰ ਉਹ ਫਾਈਲਾਂ ਸੁਧਨ ਟਾਈਮ ਸਰ ਦੇ ਆਪਣੇ ਮਾਣਿਓ ਬਹੁਤ ਹੀ ਵਧੀਆ ਸਰ ਸੀ ਇਹ ਡਰਦੇ ਸੀ ਉਹਨਾਂ ਨੂੰ ਸਾਰੇ ਇਹ ਸਾਰੇ ਭੂ ਡਰਦੇ ਸੀ ਉਹਨਾਂ ਕੋਲੋਂ ਚਲੋ ਹੁਣ ਹੁਣ ਤੁਸੀਂ ਦੱਸੋ ਤੁਹਾਡਾ ਅਗਲਾ ਸਟੈਪ ਕੀ ਹੋਏਗਾ ਬਸ ਸਰ ਮੈਂ ਤੇ ਹਾਈ ਕੋਰਟ ਦਾ ਸੋਚ ਰਿਹਾ ਵਾਂ ਇਹਨਾਂ ਸਾਰੇ ਡਾਕੂਮੈਂਟ ਇਕੱਠੇ ਕਰਕੇ 15-20 ਦਿਨ ਲਾ ਕੇ ਕਰਾਂਗਾ ਫਿਰ ਵੇਖਦਾ ਵਾਂ ਇਹਦਾ ਕਿਹੜਾ ਰਿਸ਼ਤੇਦਾਰ ਕਿਹੜਾ ਲੀਡਰ ਇਹੋ ਜਿਹਾ ਆਉਂਦਾ ਜਿਹੜਾ ਮੈਨੂੰ ਧਮਕਾਉਂਦਾ ਜਿਹੜਾ ਕਹਿੰਦਾ ਮੈਂ ਗੋਲੀ ਮਰਾਉਣੀ ਹੈ ਐਕਸੀਡੈਂਟ ਕਰਾਉਣਾ ਇਹਨੂੰ ਮੈਂ ਨੀਂਹ ਤੱਕ ਲੈ ਕੇ ਜਾਵਾਂਗਾ ਸਰ ਦੱਸਾਂਗਾ ਕਿੰਨਾ ਕੁ ਭ੍ਰਿਸ਼ਟਾਚਾਰੀ ਹੈ ਬੜੇ ਆਰੋਪ ਲਾ ਰਹੇ ਹੋ ਵੀ ਇਹਦੀਆਂ ਬੜੀ ਪ੍ਰੋਬਲਮ ਸਰ ਵੇਖੋ ਤੁਹਾਡੇ ਸਾਹਮਣੇ ਸਰ ਸਰ 2 ਦਿਨ ਤੁਹਾਡੇ ਹੁਣ 2 ਦਿਨ ਦੇ ਆਰੋਪ ਤੇ ਸਰ ਕਲੀਅਰ ਹੀ ਹੋ ਗਏ ਦੋ ਦੋ ਤੇ 2 ਦਿਨ ਤੇ ਕਲੀਅਰ ਹੀ ਹੋ ਗਏ 24 ਕਰੋੜ ਦਾ ਇੱਕ ਟੈਂਡਰ ਆ ਹਾਂ ਇਹ ਆਪਣੇ ਆਪਣੇ ਸੁਣ ਮੈਂ ਗੱਲ ਵੀਡੀਓ ਸੁਣੀ ਹੈ ਜੀ ਉਹਨੂੰ 30 ਕਰੋੜ ਸੁਣੋ ਸਰ ਉਹ ਚ ਕੀ ਕਹਿ ਰਿਹਾ ਸਿੱਧੇ ਤੌਰ ਦੇ ਉੱਤੇ ਆਪਣੇ ਐਸਡੀਓ ਨੂੰ ਕਹਿ ਰਿਹਾ ਵਾ ਉਹ ਸਰ ਬਿਮਾਰ ਪਿਆ ਮੈਨੂੰ ਪਤਾ ਲੱਗਾ ਜੋ ਆਪਰੇਸ਼ਨ ਹੋਇਆ ਮੇਰੀ ਗੱਲ ਦਾ ਜਵਾਬ ਦਿਓ ਤੁਸੀਂ ਕਰੋ ਜੀ ਦੇਖੋ ਚਲੋ ਜੋ ਵੀਡੀਓ ਚੋਂ ਕਹਿੰਦੇ ਆ ਉਹ ਤੇ ਆਪਾਂ ਕਰ ਲਵਾਂਗੇ ਗੱਲ ਤੁਸੀਂ ਮੈਨੂੰ ਇਹ ਦੱਸੋ ਤੁਸੀਂ ਆਰੋਪ ਲਾ ਰਹੇ ਹੋ ਇਹਨੇ ਬੜੀ ਪ੍ਰਾਪਰਟੀ ਬਣਾਈ ਹੈ ਵਿਕਰਮ ਜਿਹੜੇ ਸਰ ਇਹ ਕੋਠੀ ਦੇ ਇਹ ਕੋ ਸਰ ਪ੍ਰੂਫ ਪਤਾ ਕੀ ਇਹ ਕੋਠੀ ਦੇ ਸਾਹਮਣੇ ਕੋਠੀ ਚਲ ਜਾਓ ਪਤਾ ਕਰ ਲਓ ਜੀ ਕੰਧ ਦੁਆਰ ਬੰਦ ਜੇ ਡਾਇਮੰਡ ਐਵਨਿਊ ਕੋਠੀ ਸਾਹਮਣੇ ਆਲੀਸ਼ਾਨ ਕੋਠੀ ਜੇ ਆਪਾਂ ਦੇ ਅੱਜ ਤੱਕ ਮਤਲਬ ਵਖਾਣ ਨੂੰ ਇਹ ਛੋਟੇ ਘਰ ਚ ਰਹਿੰਦੇ ਆ ਵੈਸੇ ਵੱਡੇ ਘਰ ਦਾ ਹਾਥੀ ਕੇ ਦੰਦ ਖਾਣੇ ਕੁਝ ਖਾਣੇ ਕੁਝ ਹੋਰ ਸਰ ਬੜਾ ਤਗੜਾ ਬਾਗੜ ਬਿੱਲਾ ਸਰ ਬਹੁਤ ਤਗੜਾ ਬਾਗੜ ਬਿੱਲਾ ਸਰ ਇਹਦੇ ਤੇ ਕੋਈ ਐਫੀਡੇਵਿਟ ਦਿਓਗੇ ਤੁਸੀਂ ਫਿਰ ਸਰ ਮੈਂ ਸਰ ਹਾਈ ਕੋਰਟ ਚ ਨਾ ਜਾਵਾਂਗਾ ਥੋੜੇ ਦਿਨਾਂ ਚ ਤੇ ਤੁਸੀਂ ਮੇਰੇ ਤੇ ਜੋ ਬੰਦੀ ਕਾਨੂੰਨੀ ਕਾਰਵਾਈ ਕਰਿਓ ਮੈਂ ਤਾਂ ਅੱਜ ਵੀ ਮੀਟਿੰਗ ਚੱਲਾਂ ਸ਼ਾਮੀ ਜੀ ਮੈਨੂੰ ਨਾ ਆਪਣੇ ਮੰਡੀ ਜਿਹੜੀ ਇੱਥੇ ਉਹਨਾਂ ਨੇ ਤੇ ਜਾਇਗੜਾ ਸੱਦਿਆ ਮੈਨੂੰ ਕੱਲ ਸ਼ਾਮੀ ਅੱਜ ਅੱਛਾ ਅੱਛਾ ਸਾਰੀ ਜਨਤਾ ਸਰ ਪੁੱਛਣ ਦੀ ਜਲੂਸ ਰਾ ਸਰ ਸਾਰੀ ਜਨਤਾ ਰੋਣ ਦੀ ਨਹੀਂ ਤੁਸੀਂ ਦੇਖੋ ਜਲੂਸ ਕੱਢਣ ਵਾਸਤੇ ਕਰ ਰਹੇ ਹੋ ਕਿ ਭ੍ਰਿਸ਼ਟਾਚਾਰ ਗਲਤ ਸਰ ਭ੍ਰਿਸ਼ਟਾਚਾਰ ਦੇ ਖਿਲਾਫ ਸਰ ਭ੍ਰਿਸ਼ਟਾਚਾਰ ਦੇ ਖਿਲਾਫ ਕਿੰਨਾ ਕਮਾਂਦ ਸਰ ਧੰਨਵਾਦ ਗੌਰਵ ਜੀ ਸਾਡਾ ਗੱਲ ਓਕੇ ਜੀ ਓਕੇ ਤੁਸੀਂ ਸੁਣ ਲਿਆ ਗੌਰਵ ਠਾਕੁਰ ਤੇ ਬਹੁਤ ਵੱਡੇ ਆਰੋਪ ਲਾ ਰਹੇ ਨੇ ਵਿਕਰਮਜੀਤ ਜਿਹੜੇ ਐਕਸ਼ੀਅਨ ਨੇ ਉਹਨਾਂ ਦੇ ਉੱਤੇ ਅਰਗੇ ਜੀ ਤੇ ਦੇਖੋ ਕਹਿ ਰਹੇ ਨੇ ਕਿ 400 ਕਰੋੜ ਰੁਪਏ ਦੇ ਕੰਮ ਹੋਏ ਸੀਗੇ ਤੇ ਜਿਹਦੀ ਵਿਜੀਲੈਂਸ ਦੀ ਵੀ ਜਾਂਚ ਚੱਲ ਰਹੀ ਤੇ 200 ਕਰੋੜ ਰੁਪਏ ਦੇ ਕੰਮ ਜਿਹੜੇ ਆ ਉਹ ਕਹਿੰਦੇ ਵਿਕਰਮ ਜਿਹੜੇ ਐਸ਼ੀ ਦੇ ਐਕਸ਼ੀਅਨ ਦੇ ਵੇਲੇ ਹੋਏ ਉਹਨਾਂ ਨੇ ਕਰਾਏ ਇਹ ਮਤਲਬ ਫਿਰ ਪ੍ਰਭਾਵਸ਼ਾਲੀ ਆ ਦੇਖੋ 200 ਕਰੋੜ ਸਵਾਲ ਇਹ ਹੈ ਕਿ ਰਕੇਸ਼ ਜੀ ਵੀ 400 ਕਰੋੜ ਰੁਪਏ ਰਕਮ ਹੁੰਦੀ ਹੈ ਇਹਨਾਂ ਨੇ ਤੇ ਠੀਕਰੀਆਂ ਬਣਾਤੀਆਂ ਲੱਗੇ ਕਿਤੇ ਉਹ ਕਾਹੀਓ ਕਹਿੰਦੇ ਵੀ ਨੋ ਵੱਡਾ ਬਾਈ ਦੀ ਇਨਕੁਆਇਰੀ ਛੇਤੀ ਤੋਂ ਛੇਤੀ ਕਰੋ ਪਤਾ ਲੱਗੇ 400 ਕਰੋੜ ਲੱਗੇ ਕਿੱਥੇ ਹੁਣ ਵੇਖੋ ਆਪਾਂ ਕੱਲ ਦੀ ਇਹਨਾਂ ਨੂੰ ਬੇਨਤੀ ਕੀਤੀ ਆ ਐਕਸ਼ਨ ਸਾਹਿਬ ਨੂੰ ਵੀ ਸਾਨੂੰ ਜਿਹੜੀ ਤੁਸੀਂ ਰਿਪੋਰਟਾਂ ਚੈੱਕ ਕਰਾਈਆਂ ਜੀ ਉਹ ਸੜਕ ਦੀਆਂ 24 ਕਰੋੜ 30 ਕਰੋੜ ਰੁਪਏ ਵਾਲੇ ਠੇਕੇ ਦੀਆਂ ਵੀ ਕਿੰਨਾ ਕਿੰਨੇ ਏਰੀਏ 'ਚ ਬਣੀਆਂ ਜੀ ਕਿੰਨੇ ਕਿਲੋਮੀਟਰ ਏਰੀਆ ਬਣਦਾ ਕੀ ਉਹਦੀ ਸਪੈਸੀਫਿਕੇਸ਼ਨ ਅਸੀਂ ਸਾਨੂੰ ਮਿਹਰਬਾਨੀ ਕਰਕੇ ਭੇਜ ਦੀਆਂ ਜਾਣ ਅਤੇ ਜਿੱਥੋਂ ਜਿੱਥੋਂ ਤੁਸੀਂ ਟੈਸਟਿੰਗ ਰਿਪੋਰਟ ਕਰਾਈ ਉਹ ਭੇਜ ਦੀ ਜਾਵੇ
ਅਤੇ ਵੇਖ ਲਓ ਸਵੇਰ ਦਾ ਕੋਈ ਉਹਨਾਂ ਨੂੰ ਮੈਸੇਜ ਪਾਇਆ ਅਤੇ ਹੁਣ ਪੌਣੇ 3 ਵੱਜ ਗਏ, ਅਜੇ ਤੱਕ ਸਾਨੂੰ ਉਹ ਰਿਪੋਰਟਾਂ ਨਹੀਂ ਆਈਆਂ। ਅਤੇ ਜੇ ਰਿਪੋਰਟਾਂ ਦੀ ਕਰਾਈਆਂ ਹੁੰਦੇ ਉੱਥੇ ਸਿਰਫ ਟਾਈਮ ਫਾਈਲ 'ਚੋਂ ਕੱਢ ਕੇ ਫੋਟੋ ਖਿੱਚੀ ਦੀ ਅਤੇ ਭੇਜ ਦੀ ਆ। ਕਹਿੰਦੇ ਮੈਂ ਆਪਣੇ ਐਸ ਡੀ ਓ ਦੀ ਡਿਊਟੀ ਲਾਤੀ ਹੈ ਵੈਸੇ, ਅਤੇ ਐਸ ਡੀ ਓ ਫਿਰ ਕਿੱਥੋਂ ਲੱਭਣ ਗਿਆ? ਉਹ ਤਾਂ ਐਸ ਡੀ ਓ ਜਿਹਨੂੰ ਜਿਹਦੀ ਡਿਊਟੀ ਕਹਿੰਦੇ ਰਮੀਤ ਦੀ ਲਾਈ ਅਤੇ ਡਿਊਟੀ ਪਠਾਨਕੋਟ ਆ। ਸਰ ਕਹੇ ਜੀ, ਅਸੀਂ ਗੱਲ ਇਸ ਨੂੰ ਲੈ ਕੇ ਗੱਲ ਕੀਤੀ ਹੈ ਬਿਕਰਮਜੀਤ ਸਿੰਘ ਜਿਹੜੇ ਐਕਸ ਐਨ ਨੇ ਉਹਨਾਂ ਨਾਲ, ਪਹਿਲੇ ਸੁਣੋ ਉਹਨਾਂ ਦਾ ਇਸ ਮਾਮਲੇ ਦੇ ਵਿੱਚ ਕੀ ਕਹਿਣਾ। ਅੱਛਾ ਬਿਕਰਮ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਐਕਸੀਅਨ ਸਾਹਿਬ ਬੋਲ ਰਹੇ ਹਾਂ ਇੰਪਰੂਵਮੈਂਟ ਟਰੱਸਟ ਤੋਂ। ਹਾਂਜੀ ਹਾਂਜੀ ਬਿਕਰਮ ਜੀ, ਇੱਕ ਨਾ ਤੁਹਾਡੇ ਏਰੀਏ 'ਚ ਬੈਸਟ ਵੈਸਟਰਨ ਨਾਲ ਇੱਕ ਬਿਲਡਿੰਗ ਬਣ ਰਹੀ ਹੈ ਜਿਹੜਾ ਕਿ ਹਾਈਟ ਜ਼ਿਆਦਾ ਉਹਦੀ, ਮੇਰੇ ਤੋਂ ਮੇਰੇ ਆਰਡਰ ਹੋਣ ਤੋਂ ਸਾਰਾ ਕੁਛ ਹੀ ਪਹਿਲਾਂ ਹੋ ਚੁੱਕਿਆ। ਚਲੋ ਠੀਕ ਹੈ ਜੀ, ਮੈਂ ਐਗਰੀ ਛੁੱਟੀ ਤੇ ਚਲੇ ਗਏ। ਅੱਛਾ, ਛੁੱਟੀ ਤੇ ਡਰ ਦੇ ਛੁੱਟੀ ਚੱਲ ਗਏ ਵੀ ਨਾ ਕਹਦਾ ਡਰ ਫਿਰ ਨੌਕਰੀ ਛੱਡ ਦੇਣ ਜੇ ਇਨਾ ਡਰ ਲੱਗਦਾ। ਹਾਂ ਡਰ ਇਹੋ ਹੀ ਗੱਲ ਹੁੰਦੀ ਆ ਨਾ ਜੀ। ਨਹੀਂ ਨਹੀਂ ਬਿਕਰਮ ਜੀ, ਫਿਰ ਜਰਾਰੀ ਲੱਗਦਾ ਸਾਡਾ ਕੰਮ ਜੀ। ਉਹ ਕਹਿੰਦਾ ਵੀ ਮੇਰੀ ਸਿਹਤ ਖਰਾਬ ਹੋ ਗਈ ਆ, ਆਪਰੇਟ ਕਰਾ ਲਿਆ। ਚਲੋ ਠੀਕ ਆ, ਹੋ ਸਕਦਾ ਕਰਾ, ਉਹਨਾਂ ਨੇ ਆਪਰੇਟ ਕਰਾ ਲਿਆ। ਹਾਂਜੀ, ਤੇ ਤੁਸੀਂ ਦੇਖੋ ਨਾ ਸ਼ਹਿਰ ਦਾ ਤੇ ਅੱਗੇ ਬਿਕਰਮ ਜੀ ਬੁਰਾ ਹਾਲ ਹੈ ਰਣਜੀਤ ਐਮ ਦੇ ਵਿੱਚ ਕੀ। ਹਾਂਜੀ, ਜੇ ਬਣਦੀ ਵੀ ਆ ਨਾ, ਮੰਨ ਲਓ ਕਿਤੇ ਕੋਈ ਕਰਦਾ ਵੀ ਆ, ਜੇ ਧੱਕੇ ਨਾ ਕੋਈ ਕਰਦਾ ਹੀ ਆ ਹੁਣ। ਹਾਂਜੀ, ਮੰਨ ਲਈ ਗੱਲ, ਤੇ ਫਿਰ ਉਹਨੂੰ ਜੋ ਜਿਹੜੀ ਸਾਡੀ ਕਾਰਵਾਈ ਉਹ ਤਾਂ ਅਸੀਂ ਕਰਾਂਗੇ ਹੀ ਫਿਰ। ਨਹੀਂ ਨਹੀਂ, ਆਪਾਂ ਮੰਨ ਕੇ ਦੇਣੀ ਭਾਜੀ ਪਹਿਲੀ ਗੱਲ ਤੇ, ਉਹਨੇ ਕ੍ਰਾਈਮ ਤੇ ਪਹਿਲੇ ਰੋਕਣਾ ਚਾਹੀਦਾ ਜੀ, ਵੀ ਕ੍ਰਾਈਮ ਹੋਣ ਤੋਂ ਪਹਿਲੇ। ਨਹੀਂ, ਤੁਹਾਡੀ ਗੱਲ ਬਿਲਕੁਲ ਠੀਕ ਆ, ਕ੍ਰਾਈਮ ਤੇ ਹੁਣ 24 ਘੰਟੇ ਬਹਿਣਾ ਜਿਹੜਾ ਉਹ ਔਖਾ। ਨਹੀਂ ਤੁਸੀਂ ਦੇਖੋ ਬੂਥ ਤੋੜਿਆ ਕਿ ਨਹੀਂ, ਦੇਖੋ ਤੁਸੀਂ ਸਾਰਿਆਂ ਬੰਦਿਆਂ ਦੀਆਂ ਉਸ ਤੋੜਿਆ ਜੀ, ਬੇਨਾਮੀ ਸੰਪਤੀ ਬਣਾਈ ਜੀ, ਬੜੇ ਬੜੀ ਪ੍ਰੋਪਰਟੀ ਬਣਾਈ, ਬੜੀ ਜਾਇਦਾਦ ਬਣਾਈ ਹੈ। 400 ਕਰੋੜ ਰੁਪਏ ਦੇ ਜਿਹੜੇ ਟੈਂਡਰ ਹੋਏ ਸੀ, ਉਹਨਾਂ ਚੋਂ 200 ਕਰੋੜ ਦੇ ਟੈਂਡਰ ਤੁਹਾਡੇ ਕੋਲ ਸੀਗੇ, ਇਹ ਕਿੰਨੀ ਸੱਚਾਈ ਹੈ? ਗੌਰਵ ਵੀ ਉਹਨਾਂ 'ਚ ਹੀ ਕੰਮ ਕਰਦਾ ਸੀ, ਜਿਹੜੇ 200 ਕਰੋੜ ਦੇ ਜਾਂ 150 ਦੇ ਜਾਂ 500 ਦੇ ਜਾਂ 1000 ਦੇ, ਜਿੰਨੇ ਵੀ ਹੈਗੇ ਸੀ, ਗੌਰਵ ਵੀ ਤਾਂ ਉਹ 'ਚ ਹੀ ਕੰਮ ਕਰਦਾ ਸੀਗਾ। ਅੱਛਾ ਜੀ, ਗੌਰਵ ਨੇ ਵੀ ਉਹ 'ਚ ਹੀ ਠੇਕੇ ਲਏ ਸੀ। ਓਕੇ, ਗੌਰਵ ਦੇ ਵੀ ਇਹ ਦੱਸੇ ਵੀ ਇਹਨੇ ਕੰਮ ਨਹੀਂ ਕੀਤੇ। ਓਕੇ, ਜੇ ਤੇ ਇਹਨੇ ਨਹੀਂ ਕੀਤੇ ਤੇ ਇਹਨੇ ਬਿਨਾਂ ਕੰਮਾਂ ਤੋਂ ਲਈਆਂ ਪੇਮੈਂਟਾਂ, ਤੇ ਫਿਰ ਤਾਂ ਬਾਕੀਆਂ ਦਾ ਵੀ ਇਸ ਤਰ੍ਹਾਂ ਹੋ ਗਿਆ ਹੋਊਗਾ। ਚੱਲ ਦੂਜੀ ਗੱਲ ਜੀ, ਮੇਰੇ ਤੋਂ ਪਹਿਲਾਂ ਜੇਈ ਹੁੰਦਾ ਜੀ, ਮਤਲਬ ਮੇਰੇ ਤੋਂ ਪਹਿਲਾਂ ਐਸਡੀਓ ਹੁੰਦਾ, ਐਸਡੀਓ ਤੋਂ ਪਹਿਲਾਂ ਜੇਈ ਹੁੰਦਾ ਜੀ। ਰਿਕਾਰਡ ਐਂਟਰੀ ਕਰਨੀ ਜੇਈ ਦਾ ਕੰਮ ਆ, ਮੇਰੀ 10% ਜ਼ਿੰਮੇਵਾਰੀ ਚੈੱਕ ਤੇ ਆਉਦੀ। ਓਕੇ, ਠੀਕ ਆ ਜੀ, ਪਰ ਉਹਦੇ ਚ ਵੀ ਫਿਰ ਵੀ ਆਪਾਂ ਜਿਹੜਾ ਕਿ ਨਹੀਂ ਮੈਕਸਿਮਮ ਕੰਮ ਜਿਹੜਾ ਚੈੱਕ ਕਰੀਦਾ, ਮੈਕਸਿਮਮ ਟਾਈਮ ਕੰਮ ਤੇ ਜਾਈਦਾ, ਮੈਕਸਿਮਮ ਜਿਹੜਾ ਕਿ ਨਹੀਂ ਉਹਦੀ ਇਸ ਜੋ ਸਾਡੀ ਡਿਊਟੀ ਬਣ ਜੋ ਕਰੀ। ਇੱਕ ਬਿਕਰਮ ਜੀ ਹੋਰ ਬੜੇ ਆਰੋਪ ਲੱਗੇ ਆ, ਇੱਕੋ ਹੀ ਆਰੋਪ ਬਿਕਰਮ ਸਿੰਘ ਨੇ ਐ ਕਰਤਾ। ਬਿਕਰਮ ਸਿੰਘ ਐਕਸੀਅਨ ਆ, ਮੈਂ ਦਫ਼ਤਰ ਵੇਖਣਾ ਹੁੰਦਾ ਆ, ਮੈਂ ਫੀਲਡ ਦੇ ਵਿੱਚ ਅੱਜ ਦੀ ਡੇਟ 'ਚ ਮੈਂ ਬਹੁਤ ਜ਼ਿਆਦਾ ਨਹੀਂ, ਮੇਰੀ ਇੱਕ ਬੇਨਤੀ ਸੁਣੋ, MBA ਜਿਹੜੀਆਂ ਹੈਗੀਆਂ ਇਹ ਵੀ ਡਿਊਟੀ ਉਹਦੀ ਹੈ ਨਾ ਜੀ, ਲਿਖਣ ਦੀ ਜੇਈ ਦੀ ਬਿਲਕੁਲ। ਇਹ ਵੀ ਸਾਨੂੰ ਪਤਾ ਲੱਗਾ ਜੀ ਵੀ MBA ਜੇਈ ਲਿਖਦੇ ਨਹੀਂ, ਬਾਹਰੋਂ ਲਿਖਵਾਉਂਦੇ ਜੀ, ਕੋਈ ਹੈ ਇੱਦਾਂ ਦੀ ਗੱਲ ਜੀ?
ਜਿਹੜੀ ਮੇਰੇ ਧਿਆਨ ਚ ਤੇ ਕੋਈ ਏਦਾਂ ਦੀ ਗੱਲ ਆਈ ਨੀ। ਚਲੋ ਚੈੱਕ ਕਰ ਲਿਓ, ਉਹਨਾਂ ਦੀ ਹੈਂਡ ਰਾਈਟਿੰਗ ਹੀ ਮਿਲਾ ਲਿਓ। ਜਿਹੜੀ ਜਿਹੜੀ ਮੇਰੇ ਧਿਆਨ ਚ ਆਊਗੀ ਮੈਂ ਜਰੂਰ ਉਹਦੀ ਹੈਂਡ ਰਾਈਟਿੰਗ ਵੀ ਚੈੱਕ ਕਰਦਾ ਜੀ, ਤੇ ਉਹਨੂੰ ਵੇਖ ਕੇ ਵੀ ਕਰਦਾ ਜੀ, ਕੋਈ ਕੋਈ ਏਦਾਂ ਦੀ ਗੱਲ ਨੀ ਹੋਈ ਜੀ। ਚਲੋ ਧੰਨਵਾਦ ਜੀ ਵਿਕਰਮ ਸਿਨਹਾ ਦਾ, ਜੇ ਕੋਈ ਹੋਊਗੀ ਤਾਂ ਲੱਗ ਜੂਗਾ ਪਤਾ, ਫਿਰ ਲੱਗ ਹੀ ਜਾਣੀ ਆ ਹੈਂਡ ਰਾਈਟਿੰਗ ਤੇ, ਲੱਭ ਹੀ ਜਾਣੀ ਆ। ਹਾਂਜੀ 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 ਹਾਂਜੀ, ਜਿਹੜਾ ਜਿਹੜਾ ਜੇ ਲਿਖਾਉਂਦਾ ਹੋਊਗਾ ਉਹਦਾ ਵੀ ਪਤਾ ਲੱਗ ਜਾਣਾ, ਤੇ ਜਿਹੜਾ ਆਪ ਲਿਖਦਾ ਉਹਦਾ ਵੀ ਪਤਾ ਲੱਗ ਜਾਣਾ। ਚਲੋ ਬੜੀ ਮਿਹਰਬਾਨੀ ਵਿਕਰਮ ਜੀ ਤੁਹਾਡੀ ਸਾਡੇ ਨਾਲ, ਮਿਹਰਬਾਨੀ। ਤੁਸੀਂ ਸੁਣ ਲਿਆ ਬਿਕਰਮਜੀਤ ਸਿੰਘ ਜਿਹੜੇ ਐਕਸ਼ਨ ਨੇ, ਉਹਨਾਂ ਨੇ ਸਪਸ਼ਟ ਇਨਕਾਰ ਕੀਤਾ ਹੈ। ਪਹਿਲੇ ਤਾਂ ਕਹਿੰਦੇ ਵੀ ਮੈਂ ਕੰਮ ਰੁਕਾਇਆ, ਉਹੀ ਕਿਹੋ ਜਿਹੀ ਗੱਲ ਤੁਸੀਂ ਵੀ ਸੁਣੀ ਹੈ ਸਾਰੀ ਗੱਲ ਵੀ, ਹੁਣ ਅੱਖਾਂ ਵੇਖੀਏ ਜਿਹੜੀ ਉਹ ਚੀਜ਼ ਝੂਠ ਤੇ ਹੋ ਨਹੀਂ ਸਕਦੀ, ਸਾਹਮਣੇ ਵੀਡੀਓ ਚ ਆ ਰਿਹਾ ਵੀ ਕੰਮ ਉੱਥੇ ਚੱਲ ਰਿਹਾ ਚੱਲ ਰਿਹਾ। ਹੁਣ ਉਹ ਗੌਰਵ ਠਾਕਰ ਆਰੋਪ ਲਾ ਰਿਹਾ ਵੀ ਇਹਨਾਂ ਨੇ 12 ਲੱਖ ਰੁਪਏ ਦੀ ਰਿਸ਼ਵਤ ਲਈ ਹੈ ਇਹਨਾਂ ਦੀ। ਦੇਖੋ ਅਸੀਂ ਨਹੀਂ ਕਹਿ ਰਹੇ ਸੱਚਾਈ ਕੀ ਹੈ ਅਤੇ ਕੀ ਨਹੀਂ, ਇਹ ਤਾਂ ਜਦੋਂ ਜਾਂਚ ਹੋਏਗੀ ਪਤਾ ਹੋਏਗਾ ਚੱਲੇਗਾ। ਹੁਣ ਦੇਖੋ ਰਕੇਸ਼ ਜੀ ਉਹ ਕਹਿੰਦੇ, ਫਿਰ ਇਹ ਵੀ ਕਹਿੰਦੇ ਆ, ਤੁਸੀਂ ਮੈਨੂੰ ਉਹਨਾਂ ਦੀ ਜਿਹੜਾ ਜਵਾਬ ਜਿਹੜਾ ਨਾ ਉਹ ਬੜਾ ਹਾਸੋਹਣਾ ਜਿਹਾ ਲੱਗਿਆ, ਮਤਲਬ ਜ਼ਿੰਮੇਦਾਰ ਅਫਸਰ ਵਾਲਾ ਜਵਾਬ ਨਹੀਂ ਲੱਗਿਆ। ਉਹ ਕਹਿੰਦੇ ਵੀ ਜੇ ਬਣ ਵੀ ਜਾਏਗੀ ਤਾਂ ਬਾਅਦ 'ਚ ਕਾਰਵਾਈ ਕਰਾਂਗੇ। ਤੁਸੀਂ ਪਹਿਲੇ ਇੱਕ ਮਰਡਰ ਹੁੰਦੇ ਹੋ, ਚਿੱਟਾ ਕਿਤੇ ਵਿਕਣਦੇ ਹੋ, ਉਸ ਤੋਂ ਬਾਅਦ ਤੁਸੀਂ ਕਾਰਵਾਈ ਕਰੋਗੇ। ਮਤਲਬ ਜਦੋਂ ਚਿੱਟਾ ਪੀ ਕੇ ਦੋ ਨੌਜਵਾਨ ਮਰ ਜਾਣਗੇ ਤੇ ਫਿਰ FIR ਦਰਜ ਕਰਕੇ ਪੋਸਟਮਾਰਟਮ ਕਰਾ ਦੇਣਗੇ, ਫਿਰ ਤਦੀ ਕਾਰਵਾਈ ਕਰ ਦੇਣਗੇ। ਤੀ ਬੂਥ ਤੇ ਕਿਉਂ ਮਿੰਟ 'ਚ ਕਾਰਵਾਈ ਕੀਤੀ ਤੇ ਇੱਥੇ ਕੌਣ ਤੁਹਾਡੇ ਹੱਥ ਬੰਨ ਰਿਹਾ ਕਾਰਵਾਈ ਕਰਨ ਵਾਸਤੇ? ਇੱਥੇ ਵੀ ਕਰੋ ਮਿੰਟ 'ਚ ਕੰਮ, ਦੇਖੋ ਇਹਦੀ ਛੱਤ ਤੋੜ ਕੇ ਆਓ, ਫਿਰ ਤੁਹਾਡੀ ਵਾਹਵਾ ਹੁੰਦੀ ਆ ਵੀ ਵਾਕਈ ਵੀ ਜਿਹੜਾ ਵਿਕਰਮਜੀਤ ਸਿੰਘ ਸੰਘਮ ਆ ਸ਼ਰੇਆਮ ਰੋਪ ਲਾ ਰਿਹਾ। ਉਹ ਇਹ ਵੀ ਕਹਿ ਰਿਹਾ ਵੀ ਮੇਰਾ ਜੇ ਕੋਈ ਐਕਸੀਡੈਂਟ ਹੋ ਗਿਆ, ਮੈਨੂੰ ਕੁਛ ਹੋ ਗਿਆ, ਮੈਨੂੰ ਕੋਈ ਗੋਲੀ ਵੱਜ ਗਈ, ਮੇਰੀ ਕੋਈ ਲੱਤ ਤੋੜ ਗਿਆ, ਉਹਦੀ ਜ਼ਿੰਮੇਵਾਰੀ ਵੀ ਇਹ ਆ। ਮੈਨੂੰ ਤਾਂ ਉਹਨੇ ਕਿਹਾ ਵੀ ਕੱਲ ਜਿਹੜਾ ਉਹਨਾਂ ਦਾ ਟਾਇਰ ਪਾਟਾ ਸੀ, ਕਿਤੇ ਨਾ ਕਹਿੰਦਾ ਵਿਕਰਮਜੀਤ ਨੇ ਤਲੇ ਜੀ ਜੀ ਤਾਂ ਗਿਆ ਹੀ ਮੇਰਾ। ਸਾਰੀਆਂ ਚੀਜ਼ਾਂ ਤੋਂ ਬਾਅਦ ਨਾ ਉਹ ਫਿਰ ਯਾਦ ਆਉਂਦੀ ਗੱਲ, ਉਹ ਜਿਹੜੀ 97 ਏਕੜ ਨੂੰ ਲੈ ਕੇ ਸੀ ਖਬਰ ਕੀਤੀ ਸੀ, ਜਿਹੜਾ 10.76 ਏਕੜ ਦਾ ਰੌਲਾ ਪਿਆ ਹੋਰਟੀਕਲਚਰ ਲੈਂਡ। ਦੇਖੋ ਨਾ ਉਹਨਾਂ ਨੂੰ ਵੀ ਲੱਗਿਆ ਵੀ ਭ੍ਰਿਸ਼ਟਾਚਾਰ ਇੰਨਾ ਇੰਟਰਸਟ ਦੇ, ਇਹ ਤਾਂ ਪੈਸੇ ਵੇਖ ਕੇ ਕਹਿੰਦੇ ਮਗਰ ਮਗਰ ਤੁਰਾ ਲਓ ਇਹਨਾਂ ਨੂੰ ਜਿੱਥੇ ਮਰਜ਼ੀ, ਭਾਵੇਂ ਪਾਕਿਸਤਾਨ ਦੇ ਬਾਰਡਰ 'ਤੇ ਲੈ ਜਾਓ ਇਹਨਾਂ ਨੂੰ, ਪੈਸੇ ਦਿਆਂਗੇ ਅਤੇ ਕੰਮ ਕਰਾਵਾਂਗੇ। ਸਾਨੂੰ ਸ਼ੰਕਾ ਵੈਸੇ ਇਹ ਵੀ ਕਿਤੇ ਉਹ ਵੀ ਨਾ ਕਰ ਦੇਣ, ਪਰ ਕਿਉਂਕਿ ਹੁਣ ਮਾਮਲਾ ਮੀਡੀਆ 'ਚ ਹੈ, ਪਬਲਿਕ ਡੋਮੇਨ ਦੇ ਵਿੱਚ ਹੈ, ਥੋੜ੍ਹਾ ਜਿਹਾ ਤਾਂ ਡਰਨਗੇ ਨਾ ਕਿਤੇ ਨਾ ਕਿਤੇ ਵੀ ਕਰਨਗੇ ਤਾਂ ਜ਼ਰੂਰ। ਨਹੀਂ ਹੋਰ ਨਹੀਂ ਦਿੰਦੇ ਆਪਾਂ, ਨਹੀਂ ਅਸੀਂ ਤਾਂ ਆਪਣੀ ਵਾਹ ਲਾਵਾਂਗੇ, ਪਰ ਇਹ ਬਹੁਤ ਢੀਠ ਮੁੱਟਦੇ ਨਹੀਂ। ਵੇਖੋ ਅਸੀਂ ਕੱਲ੍ਹ ਦੀ ਵਾਹ ਲਾਉਣ ਡੇ, ਸਵੇਰ ਦੇ ਨਾ ਦੱਸਣ ਡੇ ਵੀ ਕੰਮ ਚੱਲਣ ਡਿਆ, ਲੈ ਕੇ ਪਾਇਆ ਵੀਡੀਓ ਉਹਨਾਂ ਦੀਆਂ ਵਿਖਾਤੀਆਂ ਤੇ ਕੰਮ ਅੱਜ ਨਹੀਂ ਰੁਕ ਸਕਿਆ। ਚਲੋ ਕੇ ਜੀ ਅਸੀਂ ਫਿਰ ਕਹਿੰਦੇ ਹਾਂ ਵੀ ਫੈਸਲਾ ਤੇ ਜਨਤਾ ਨੇ ਕਰਨਾ, ਚੇਅਰਮੈਨ ਸਾਹਿਬ ਨੂੰ ਜਾਗਣਾ ਚਾਹੀਦਾ, ਜਿਹੜੇ ਕਹਿੰਦੇ ਮੇਰੇ ਟਨੋਰ ਦੇ ਵਿੱਚ 49.57 ਦੇ ਉੱਤੇ ਕੋਈ ਹਾਈਟ ਨਹੀਂ ਗਈ, ਮੈਂ ਨਹੀਂ ਬਣਨ ਦਿੰਦਾ ਕਿਸੇ ਨੂੰ, ਤੇ ਚੇਅਰਮੈਨ ਸਾਹਿਬ ਵੀ ਜਾਗ ਜਾਣ, ਉਹ ਵੀ ਵੇਖ ਲੈਣ ਨਹੀਂ ਬਿਲਡਿੰਗਾਂ ਹੈਗੀਆਂ ਜੀ ਕਿੰਨੀਆਂ। ਵੇਖੋ ਜੀ ਉਹਨਾਂ ਕੋਲ ਬੌਂਸਰ ਕੋਲ ਹੈਗੇ ਆ, ਜਾ ਕੇ ਦਿਖਾ ਦਿਓ ਜੀ ਬਿਲਡਿੰਗਾਂ ਕਿੰਨੀਆਂ ਹੈਗੀਆਂ, ਕਿੰਨੇ ਪਲਾਟ ਹੋਣੇ, 2-4-5 ਵੀ ਉਹਦਾ ਆਡਿਟ ਹੀ ਕਰਾ ਲਓ, ਭੇਜੋ ਵੀ ਕਿਹੜੀ ਬਿਲਡਿੰਗ ਚੱਲਣ ਡੀ ਅਤੇ ਕਿਹੜੀ ਨਹੀਂ ਚੱਲਣ ਡੀ, ਤੁਹਾਡੇ ਕੋਲ ਤਾਂ ਸਾਰਾ ਔਨ ਰਿਕਾਰਡ ਹੋਣਾ। ਵੇਖੋ ਜੀ ਇਹਨਾਂ ਵੀ ਚੇਅਰਮੈਨ ਵਾਲਾ ਰਿਟਾਇਰਡ ਆਇਆ ਜਵਾਬ ਦੇਦਾ, ਚੇਅਰਮੈਨ ਨੂੰ ਕੋਈ ਗੱਲ ਪੁੱਛੋ ਆਉਂਦਾ ਪਿਛਲੀ ਸਰਕਾਰ ਵੇਲੇ ਹੋਇਆ ਸੀ, ਅਤੇ ਇਹਨਾਂ ਵੀ ਇਹੀ ਕਹਿੰਦੇ ਵੀ ਮੇਰੇ ਵੇਲੇ ਨਹੀਂ ਪਿਛਲੇ ਵੇਲੇ ਹੋਇਆ ਸੀ, ਅਤੇ ਫਿਰ ਇਹਦਾ ਚੇਅਰਮੈਨ ਤੁਹਾਡੇ ਭਗਵੰਤ ਮਾਨ ਜੀ ਸਮਝਦਾਰ ਨਹੀਂ, ਉਹ ਪਿਛਲੀ ਸਰਕਾਰ ਨੇ ਜਿਹੜੇ ਘਪਲੇ ਕੀਤੇ ਫਟਫਟ ਉਹਨਾਂ ਨੇ ਮੰਤਰੀ ਕਿੰਨੇ ਅੰਦਰ ਕਰਤੇ, ਅੱਧੀ ਕੈਬਨਿਟ ਅੰਦਰ ਕਰਤੀ, ਉਹਨਾਂ ਕਿਉਂ ਕਰਤੀ? ਚਲੋ ਕੇ ਜੀ ਇੱਕ ਛੋਟੀ ਜਿਹੀ ਟਿੱਪਣੀ ਲਵਾਂਗਾ ਕੇ ਜੀ, ਰਾਮ ਰਹੀਮ ਦੇਖੋ ਡੇਰਾ ਸੱਚਾ ਸੌਦੇ ਵਾਲੇ, ਵੇਖੋ ਕਿੰਨੀ ਵਾਰੀ ਪਰੋਲ 'ਤੇ ਵਾਰ ਫਿਰ ਇੱਕ ਵਾਰ ਪਰੋਲ ਜਿਹੜੀ ਹੈ ਉਹਨਾਂ ਨੂੰ ਦੇ ਦਿੱਤੀ ਗਈ ਹੈ, ਅਤੇ ਅੱਜ ਫਿਰ ਜੇਲ੍ਹ 'ਚੋਂ ਬਾਹਰ ਆ ਗਏ ਨੇ, ਅਤੇ ਕਹਿੰਦੇ ਬਾ ਖਾਸਾ ਪ੍ਰਭਾਵ ਹੈ ਹਰਿਆਣੇ। ਵੇਖੋ ਜੀ ਬਾਬਾ ਜੀ ਦੀ ਕਿਰਪਾ ਸਰਕਾਰ ਨੂੰ ਚਾਹੀਦੀ ਆ, ਬਸ 36 ਸੀਟਾਂ ਦੇ ਪ੍ਰਭਾਵ ਇਹ ਆ ਉਹਨਾਂ ਦੇ ਉੱਤੇ, ਉਹਨਾਂ ਨੂੰ ਕੁਛ
ਰਿਸਟ੍ਰਿਕਸ਼ਨ ਲਾਤੀਆਂ ਵੀ ਉਹ ਹਰਿਆਣੇ ਨਹੀਂ ਜਾ ਸਕਦੇ, ਇਲੈਕਸ਼ਨ 'ਚ ਪ੍ਰਚਾਰ ਨਹੀਂ ਕਰਦੇ, ਸੋਸ਼ਲ ਮੀਡੀਆ 'ਤੇ ਵੀ ਨਹੀਂ ਇਲੈਕਸ਼ਨ ਦਾ ਪ੍ਰਚਾਰ ਕਰ ਸਕਦੇ, ਆਪਣੇ ਚੇਲਿਆਂ ਨੂੰ ਉਹਨਾਂ ਦੇ ਆਪਣਾ ਸਿਨੇਹ ਭੇਜਣਾ ਡੇਰੇ 'ਚ, ਉਹ ਇੱਕ ਗੱਲ 'ਚ ਫੂਕ ਵੱਜਣੀ ਆ, ਦੂਜੇ ਗੱਲ ਜਾਣੀ, ਦੂਜੇ ਤੀਜੇ ਫੂਕ ਵੱਜਦੀ ਵੱਜਦੀ ਕਿਤੇ ਕਿਤੇ ਜਾਏ ਜੀ. ਗੱਲ ਹੈ ਕਿ ਹਰਿਆਣਾ ਸਰਕਾਰ ਨੂੰ ਪਤਾ ਲੱਗ ਜਾਏਗਾ ਵੀ ਬਾਬੇ ਨੂੰ ਵਾਰ ਵਾਰ ਪੈਰੋਲ ਦਿੰਦੇ ਹੋ ਨਾ, ਉਹ ਕਹਿੰਦੇ ਆ ਕੀ ਫਾਈਟ ਬੜੀ ਟੱਪ ਆ, 36 ਸੀਟਾਂ 'ਤੇ ਦਾ ਪ੍ਰਭਾਵ ਦੱਸਦੇ ਆ ਬਾਬੇ ਦਾ, ਅਤੇ ਦੇਖੋ ਦੋ ਸਾਧਵੀਆਂ ਦੇ ਰੇਪ ਦਾ ਮਾਮਲਾ ਦਰਜ ਜੀ. ਬਾਬਾ ਜੀ ਦਾ ਮਾਮਲਾ, ਬਾਬਾ ਜੀ 1% ਵੀ 2% 1.5% ਵੀ ਵੋਟ ਇਹਨਾਂ ਦੇ ਹੱਕ 'ਚ ਕਰਾ ਕੇ ਤਾਂ ਸਰਕਾਰ ਬਣ ਜਾਣੀ ਹੈ. ਚਲੋ ਫੈਸਲਾ ਜਨਤਾ ਨੇ ਕਰਨਾ, ਗੱਲ ਤਾਂ ਫਿਰ ਉਹੀ ਹੈ ਵੀ ਵੈਸੇ ਤਾਂ ਰਕੇਸ਼ ਜੀ ਦੇਸ਼ ਦੀਆਂ ਜੇਲ੍ਹਾਂ ਕੁਰਬਲ ਕੁਰਬਲ ਹੋਣ ਡੇ ਜੇ, ਵੀ ਉਹਨਾਂ ਕੈਦੀਆਂ ਨੂੰ ਵਿਚਾਰਿਆਂ ਨੂੰ ਆਪਣੇ ਘਰ ਭੇਜ ਦਿਓ ਜਿਨ੍ਹਾਂ ਦਾ ਚਰਨ ਠੀਕ ਠਾਕ ਹੈ, ਉਹ ਵੀ ਜੇ ਟਾਈਮ ਨਾਲ ਰੋਟੀ ਖਾ ਲੈਂਦੇ, ਲੋਕਾਂ ਨੂੰ ਕਿਸੇ ਨੂੰ ਤੰਗ ਨਹੀਂ ਕਰਦੇ ਅੰਦਰ ਜੇਲ੍ਹਰ ਨੂੰ, ਗੈਂਗਸਟਰਾਂ ਨੂੰ ਤਾਂ ਤੁਸੀਂ ਸਾਰੀਆਂ ਸੁਵਿਧਾਵਾਂ ਮਾਲ ਲੈ ਕੇ ਦੇਈ ਜਾਂਦੇ ਜੇ. ਚਲੋ ਅਸੀਂ ਗੱਲ ਫਿਰ ਹੈ ਕਿ ਫੈਸਲਾ ਜਨਤਾ ਨੇ ਕਰਨਾ, ਅਸੀਂ ਜਨਤਾ ਦੀ ਕਚਹਿਰੀ 'ਚ ਸਾਰੇ ਤੱਥ ਰੱਖ ਦਿੱਤੇ ਨੇ. ਸਵਾਲ ਇਹ ਹੈ ਕਿ ਅਨਿਆਏ ਹੁੰਦਾ ਵੇਖੋ ਅਤੇ ਉਹਦੇ ਖਿਲਾਫ਼ ਬੋਲੋ, ਚੁੱਪ ਨਾ ਕਰੋ, ਕਿਉਂਕਿ ਚੁੱਪ ਕਰ ਜਾਓਗੇ, ਬੋਲੋਗੇ ਨਹੀਂ, ਅਤੇ ਫਿਰ ਜਿਹੜਾ ਅਨਿਆਏ ਕਰਦਾ ਅੱਤਿਆਚਾਰ ਕਰਦਾ ਨਾ, ਉਹਨੂੰ ਹੋਰ ਵੀ ਹੱਲਾਸ਼ੇਰੀ ਮਿਲਦੀ ਹੈ. ਇੱਕ ਪਹਿਲੇ ਦਿਨ ਹੀ ਜੇ ਇੰਪਰੂਵਮੈਂਟ ਟਰੱਸਟ ਨੇ ਜਾਂ ਕਾਰਪੋਰੇਸ਼ਨ ਨੇ ਜਦੋਂ ਗਲਤ ਕੰਮ ਕਰਾਇਆ ਸੀ, ਅਵੈਧ ਬਿਲਡਿੰਗ ਬਣਨ ਦਿੱਤੀ ਸੀ, ਲੋਕ ਉੱਠ ਕੇ ਇਹਨਾਂ ਦੇ ਦੁਆਲੇ ਹੋ ਜਾਂਦੇ ਨਾ, ਅਤੇ ਫਿਰ ਇਹਨਾਂ ਦੀ ਕੀ ਜ਼ਰੂਰਤ ਸੀ ਵੀ ਇਹ ਗਲਤ ਕੰਮ ਕਰਦੇ? ਇਹਨਾਂ ਦੀ ਕੀ ਜ਼ਰੂਰਤ ਆ ਵੀ ਹਰ ਸਾਲ ਕਰੋੜਾਂ ਰੁਪਈਏ ਸੜਕਾਂ, ਨਾਲੀਆਂ, ਗਲੀਆਂ 'ਤੇ ਖਰਚ ਕਰਦੇ ਹੋ? ਅਸੀਂ ਅੱਗੇ ਪ੍ਰੋਗਰਾਮ ਕੀਤਾ ਸੀ 87 ਕਰੋੜ ਰੁਪਇਆ ਕਾਰਪੋਰੇਸ਼ਨ ਖਰਚ ਕਰੀ ਜਾਂਦੀ ਹੈ, 400 ਕਰੋੜ ਰੁਪਇਆ ਇੰਪਰੂਵਮੈਂਟ ਟਰੱਸਟ ਖਰਚ ਕਰੀ ਜਾਂਦਾ, ਉਹ ਪੈਸਾ ਲੱਗਦਾ ਕਿੱਥੇ ਹੈ? ਉਹ ਰੱਬ ਦਾ ਵਾਸਤਾ ਜੇ, ਲੁੱਟਣਾ ਬੰਦ ਕਰੋ ਪੰਜਾਬ ਨੂੰ. ਫੈਸਲਾ ਜਨਤਾ ਨੇ ਕਰਨਾ, ਸਾਨੂੰ ਦਿਓ ਇਜਾਜ਼ਤ, ਤੁਹਾਨੂੰ ਸਾਡਾ ਪ੍ਰੋਗਰਾਮ ਚੰਗਾ ਲੱਗਦਾ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਿਓ. ਧੰਨਵਾਦ, ਸਤਿ ਸ਼੍ਰੀ ਅਕਾਲ, ਨਮਸਕਾਰ.